ਉਹ ਹੈਲੋ ਬਾੜਾ ਬੋਲਣ ਦੀ ਲੋੜ ਨਹੀਂ ਕਹਿੰਦੇ ਉਲਟਾ ਚੋਰ ਕੋਤਵਾਲ ਕੋ ਡਾਂਟੇ ਗਲਤੀ ਤਾਂ ਤੂੰ ਕੀਤੀ ਆ ਤੇ ਰੋ ਸਾਡੇ ਤੇ ਝਾੜਦਾ ਉਹ ਵੀ ਸਾਡੇ ਘਰੇ ਖੜ ਕੇ ਹੈ ਬੇਬੇ ਮੈਨੂੰ ਤੇ ਮੂਰਖੀ ਲੱਗਦਾ ਦੂਜੀ ਵਾਰ ਸਤਿ ਸ਼੍ਰੀ ਅਕਾਲ ਬੁਲਾਈ ਜਾਂਦਾ ਮੈਨੂੰ ਕੋਈ ਨਾ ਪੁੱਤ ਘਰੇ ਆਇਆ ਮਹਿਮਾਨ ਤਾਂ ਰੱਬ ਦਾ ਰੂਪ ਹੁੰਦਾ ਐ ਨਹੀਂ ਬੋਲਿਆ ਕਰਦੀ ਸੋਨੇ ਦਾ ਚੁਬਾਰਾ ਤੇ ਰੰਗੀਨ ਵਾਰੀਆਂ ਦਾ ਕੋਈ ਕੀ ਕਰੂਗਾ ਤੇਰੀ ਅੱਖਾਂ ਦੇ ਵਿੱਚ ਤੱਕ ਲਵਾਂਗੇ ਜਦੋਂ ਜੀ ਕਰੂਗਾ ਚਾਹ ਕਿਹਦੇ ਵਾਸਤੇ ਬਣਾਉਣੀ ਸੀ ਪੁੱਤ ਆ ਤੇਰੇ ਬਾਪੂ ਦੀ ਚਿੱਠੀ ਆਈ ਹੈ ਬਾਪੂ ਦੀ ਚਿੱਠੀ ਕੌਣ ਫੜਾ ਕੇ ਗਿਆ ਬੇਬੇ ਇਹਨੂੰ ਮੰਜੇ ਤੇ ਕਾਹਨੂੰ ਚੜਾ ਲਿਆ ਤੁਸੀਂ ਨੇ ਕੋਈ ਨਾ ਪੁੱਤ ਚਾਹ ਦੀ ਘੁੱਟ ਮੰਗਦਾ ਵਿਚਾਰਾ ਠੰਡ ਹੈਗੀ ਸਾਈਕਲ ਤੇ ਫਿਰਦਾ ਚਿੱਠੀਆਂ ਵੰਡਦਾ ਇੱਕ ਘੁੱਟ ਚਾਹ ਦੀ ਪਿਆ ਦਿੰਦੇ ਆ ਸੁਣ ਸੋਣੀਏ ਜਗਦੇ ਨੇ ਤਾਰੇ ਸੁਣ ਸੋਣੀਏ ਜਗਦੇ ਨੇ ਤਾਰੇ ਮੈਨੂੰ ਸੂਹੇ ਸੂਹੇ ਲੱਗੀ ਜਾਂਦੇ ਰੰਗ ਸਾਰੇ ਮੈਨੂੰ ਸੂਹੇ ਸੂਹੇ ਲੱਗੀ ਜਾਂਦੇ ਰੰਗ ਸਾਰੇ ਫਿਰ ਮੈਂ ਤਾਂ ਹਰੇ ਕਰਾਉਣਾ ਨਹੀਂ ਹੈਗਾ ਫੁੱਫੜ ਜੀ ਵਿਆਹ ਕਰਾਉਣਾ ਨਹੀਂ ਹੈਗਾ ਸਮਝਾ ਦਿਆ ਕਰੋ ਕੁਛ ਕਿਵੇਂ ਬੋਲੀ ਦਾ ਵੱਡਿਆਂ ਨੂੰ ਸਿੱਧਾ ਜਵਾਬ ਦੇ ਜਾਂਦੀ ਆ ਮੈਂ ਤਾਂ ਕਰਾਉਣਾ ਨਹੀਂ ਹੈਗਾ ਫੁੱਫੜਾਂ ਤੇਰਾ ਮੈਂ ਕਰਾਉਣਾ ਨਹੀਂ ਇਹਨੇ ਫਿਰ ਫੁੱਫੜ ਜੀ ਤੁਹਾਨੂੰ ਜੀ ਕਹਿ ਕੇ ਤਾਂ ਮੈਂ ਗੱਲ ਕਰਦੀ ਆ ਮੈਂ ਕਿਹੜਾ ਤੁਹਾਨੂੰ ਕੁਝ ਬੋਲਦੀ ਆ ਮੈਂ ਤਾਂ ਇੰਨੀ ਕਿਹਾ ਵੀ ਮੈਂ ਵਿਆਹ ਕਰਾਉਣਾ ਨਹੀਂ ਹੈਗਾ ਹਲੇ ਨਾਲੇ ਜਦੋਂ ਮੇਰਾ ਬਾਪੂ ਆ ਗਿਆ ਮੇਰੇ ਬਾਪੂ ਨਾਲ ਗੱਲ ਕਰ ਲਿਓ ਗੁਲਾਬੋ ਐ ਨਹੀਂ ਬੋਲਿਆ ਕਰਦੇ ਕੋਈ ਨਾ ਤੂੰ ਤਾਂ ਹਰੇਕ ਮੁਰੇ ਰੀਨੀ ਕਰਨ ਲੱਗ ਜਾਂਦੀ ਹੁੰਦੀ ਹੈ ਤੂੰ ਸਿੱਧਾ ਕਿਉਂ ਨਹੀਂ ਜਵਾਬ ਦਿੰਦੀ ਵੀ ਅਸੀਂ ਆਪਦੀ ਕੁੜੀ ਦਾ ਰਿਸ਼ਤਾ ਨਹੀਂ ਕਰਦੇ ਹੈਗੇ ਆਪਦੀ ਕੁੜੀ ਨੂੰ ਕਰ ਲਓ ਰਿਸ਼ਤਾ ਬਈ ਜਿਹੜੀ ਹਲੇ ਮੇਥੋਂ ਵੱਡੀ ਬੈਠੀ ਆ ਓ ਆ ਗਿਆ ਮਹਾਰਾਜਾ ਤੂੰ ਘਰੇ ਬਸ ਇਹਦੇ ਕੋਲ ਆਹ ਕੀਤਾ ਮੋਬਾਈਲ ਚੱਕ ਲਿਆ ਉਹ ਤੂੰ ਮੇਰੀ ਗੱਲ ਸੁਣ ਆਹ ਲੋਕਾਂ ਦੇ ਘਰਾਂ 'ਚ ਟੱਲੀਆਂ ਮਾਰ ਕੇ ਤੁਰਿਆ ਫਿਰਦਾ ਹੈ ਕੁਛ ਚੱਜ ਦਾ ਕੰਮ ਫੜ ਲਿਆ ਕੋਈ ਉਹ ਬਾਪੂ ਯਾਰ ਇਹ ਚੱਜ ਦਾ ਕੰਮ ਹੀ ਹੈ ਆਪਦਾ 6-7 ਹਜ਼ਾਰ ਰੁਪਇਆ ਲੈਣਾ ਕੀ ਮਾੜਾ ਲੱਗਦਾ ਮੈਂ ਕਿਹੜਾ ਲਫੈਂਡਪਣੇ ਕਰਦਾ ਲੋਕਾਂ ਦੇ ਮੁੰਡਿਆਂ ਨੂੰ ਉਹ ਮੈਂ ਤੈਨੂੰ ਲਫੈਂਡਪਣੇ ਨਹੀਂ ਕਹਿੰਦਾ ਆਹ 5-7 ਹਜ਼ਾਰ ਦੀ ਨੌਕਰੀ ਨਾਲ ਤੈਨੂੰ ਕਿਸੇ ਨੇ ਰਿਸ਼ਤਾ ਨਹੀਂ ਕਰਨਾ ਮੈਂ ਤੈਨੂੰ 20 ਵਾਰੀ ਕਿਹਾ ਵੀ ਤੈਨੂੰ ਕੋਈ ਦਿਮਾਗ ਦੁਕਾਨ ਪਾ ਕੇ ਦੇ ਦਿੰਦਾ ਹੈ ਉਹਨੂੰ ਹਾਂ ਹੀ ਨਹੀਂ ਕਰਦਾ ਉਹ ਜਿਹਨੂੰ ਬਾਪੂ ਤੂੰ ਕੰਜਰ ਕੀਤਾ ਕਹਿੰਦਾ ਨਾ ਜਿਹੜੇ ਪਿੰਡ ਮੈਂ ਚਿੱਠੀਆਂ ਵੰਡਦਾ ਰਿਸ਼ਤੇ ਵਾਲੀਆਂ ਬੁੜੀਆਂ ਮਗਰ ਮਗਰ ਫਿਰਦੀਆਂ ਨੇ ਪੁੱਤ ਤੈਨੂੰ ਰਿਸ਼ਤਾ ਕਰਾਈਏ ਇੱਥੇ ਤੱਕ ਟੌਰ ਹੈ ਨਾਈਟ ਡਰਾਈਵ ਲਵਾਈ ਦੇ ਪੈਸੇ ਨਹੀਂ ਲੈਂਦਾ ਤੇਰੇ ਪੁੱਤ ਤੋਂ ਅੱਛਾ ਇਹ ਬੜੀ ਤੂੰ ਆਪਦੇ ਆਪ ਨੂੰ ਵੱਡੀ ਗੱਲ ਸਮਝਦਾ ਵੀ ਨਾਈਟ ਡਰਾਈਵ ਦੇ ਪੈਸੇ ਨਹੀਂ ਲੈਂਦਾ ਹੈ ਨਾਲੇ ਤੂੰ ਕਹਿੰਦਾ ਵੀ ਉੱਥੇ ਮਗਰ ਮਗਰ ਫਿਰਦੇ ਨੇ ਤੇ ਮੈਨੂੰ ਤਾਂ ਤੂੰ ਕਿਸੇ ਨਾਲ ਗੱਲ ਕਰਾਈ ਨਹੀਂ ਉਹ ਬਾਪੂ ਹਲੇ ਮੈਂ ਵਿਆਹ ਨਹੀਂ ਕਰਾਉਣਾ ਹਲੇ ਤਾਂ ਮੈਂ ਗਾਣਾ ਕਰਾਉਣਾ ਹੈ ਆਪਦਾ ਨਾ ਨਾ ਹਜੇ ਤੂੰ ਵਿਆਹ ਨਾ ਕਰਾਈ ਹਜੇ ਗਾਣੇ ਹੀ ਕਰਾਈ ਤੂੰ ਬੜਾ ਕਿੱਤਾ ਭਾਲਿਆ ਨੇ ਗਾਣਿਆਂ ਦਾ 20 ਵਾਰੀ ਕਿਹਾ ਵੀ ਕੋਈ ਚੱਜ ਦੇ ਕੰਮ ਤੇ ਲੱਗ ਜਾ ਚੱਜ ਦੇ ਕੰਮ ਤੇ ਲੱਗ ਜਾ ਉਹ ਬਾਪੂ ਤੁਸੀਂ ਤਾਂ ਮੈਨੂੰ ਪੈਸਾ ਦੇਣਾ ਨਹੀਂ ਬਸ ਜੀ ਤੁਸੀਂ ਤਾਂ ਹੱਥ ਧੋ ਕੇ ਨਾ ਮੇਰੇ ਜਵਾਕ ਦੇ ਪਿੱਛੇ ਪੈ ਜਾਇਆ ਕਰੋ ਤੂੰ ਫਿਰ ਐਂ ਕਰ ਇਹਨੂੰ ਛਣਕਣੇ ਲਿਆ ਦੇ ਹੈ ਹੁਣ ਹਜੇ ਕੰਮ ਤੋਂ ਆਇਆ ਉਹਨੂੰ ਚਾਹ ਦਾ ਘੁੱਟ ਪੀ ਲੈਂਦਾ ਮੈਂ ਚਾਹ ਧਰ ਕੇ ਆਈ ਆ ਤੁਸੀਂ ਕਿਉਂ ਬੋਲਣ ਲੱਗ ਪਏ ਇਹ ਕੁਲਦੀਪ ਕੌਰ ਚੰਗਾ ਆਇਆ ਇਹਨੂੰ ਤੁਸੀਂ ਐ ਜਦੋਂ ਕਿਸੇ ਗੱਲ ਨੂੰ ਕਹਿਣਾ ਉਹਦੀ ਆ ਕੇ ਆਊਟ ਲੈਣ ਲੱਗ ਜੂ ਉਹਦੀ ਸਾਈਡ ਲਊ ਆ ਕੇ ਲੈ ਦੱਸ ਇਹਦੀ ਨਹੀਂ ਸਾਈਡ ਲੈਣੀ ਹੋਰ ਮੈਂ ਕਿਹਦੀ ਲੈਣੀ ਆ ਉਹ ਫਿਰ ਇਹਨੂੰ ਕੋਈ ਚੱਜ ਦੀ ਗੱਲ ਸਿਖਿਆ ਕੰਮ ਕਰਦਾ ਨਾ ਬਸ ਕਰੀ ਜਾਣ ਦੋ ਅੱਛਾ ਆ 5-7 ਹਜ਼ਾਰ ਤੇ ਬਸ ਹਰੇਕ ਮੈਨੂੰ ਕਹਿੰਦਾ ਤੇਰਾ ਮੁੰਡਾ ਉੱਥੇ ਪਿੰਡ 'ਚ ਟੱਲੀਆਂ ਮਾਰ ਮਾਰ ਕੇ ਉਹ ਚਿੱਠੀਆਂ ਦੇ ਸੁੱਟਦਾ ਫਿਰਦਾ ਕਿਉਂ ਕੰਮ ਹੈ ਕੋਈ ਗੱਲ ਨਹੀਂ ਕਿਤੋਂ ਗਾਲ ਲੰਬਾ ਤਾਂ ਨਹੀਂ ਲਿਆਂਦਾ ਮੇਰਾ ਪੁੱਤ ਹੈ ਕੰਮ ਹੀ ਕਰਦਾ ਐਵੇਂ ਨਾ ਤੁਸੀਂ ਬੋਲਿਆ ਕਰੋ ਚੁੱਪ ਕਰਕੇ ਬਹਿ ਜਾਓ ਆਹੋ ਮੈਂ ਚੁੱਪ ਕਰਕੇ ਬਹਿ ਜਾ ਅੱਜ ਉਹ ਤੇਰੇ ਮਾਂ ਪਿਓ ਨੇ ਮੈਨੂੰ ਰਿਸ਼ਤਾ ਕਰਿਆ ਸੀ ਨਾ ਉਹ ਕੀ ਦੇਖ ਕੇ ਨਹੀਂ ਕੀਤਾ ਸੀ ਮੈਂ ਉਦੋਂ ਵਿਹਲਾ ਸੀ ਨਾ ਤੁਸੀਂ ਮੇਰੇ ਮਾਂ ਪਿਓ ਦੇ ਕਿਉਂ ਚਲ ਜਾਂਦੇ ਆ ਗੱਲ ਗੱਲ ਤੇ ਲੜਾਈ ਕਿਸੇ ਦੀ ਗੱਲ ਮੇਰੇ ਪੈ ਗਿਆ ਚੰਗਾ ਮੈਂ ਤਾਂ ਚਾਹ ਹੀ ਯਾਰ ਮੇਰੀ ਗੱਲ ਸੁਣ ਲਓ ਤੁਸੀਂ ਦੋਨੇ ਨਾ ਸ਼ੁਰੂ ਨਾ ਹੋ ਜਾ ਕਰੋ ਜੇ ਕਿਸੇ ਨੇ ਤੁਹਾਡੇ ਤੇ ਫਿਲਮ ਬਣਾਉਣੀ ਪਵੇ ਨਾ ਤੁਹਾਡੇ ਤੇ ਤਾਂ ਪੂਰੇ 4 ਘੰਟੇ ਦੀ ਫਿਲਮ ਬਣੇ ਤੁਹਾਡੇ ਤੇ ਤੇਰੇ ਕਰਕੇ ਲੜੀ ਆ ਮੈਂ ਉਹ ਫਿਰ ਮਾਂ ਐਵੇਂ ਨਾ ਯਾਰ ਤੁਸੀਂ ਬੋਲਿਆ ਕਰੋ ਉਹ ਮੈਂ ਇਹਨੂੰ ਚੱਜ ਦੀ ਗੱਲ ਕਹਿਣਾ ਹੱਥ ਜਿਹੜਾ ਬੰਦੇ ਨੂੰ ਕੋਈ ਚੱਜ ਦੀ ਗੱਲ ਸਿਖਾਇਆ ਇਹਨੂੰ ਚਾਹ ਬਣਦੀ ਆ ਠੰਡ ਬਹੁਤ ਆ ਮੇਰੇ ਪੁੱਤ ਨੂੰ ਚਾਹ ਪੀ ਲੰਦੋ ਠੀਕ ਹੈ ਮੜਾਈ ਭਾਰੀ ਇਹਨੂੰ ਚੰਗਾ ਐ ਸਿਰ ਤੇ ਹੱਥ ਧਰਦੀ ਆ ਉਹਦੇ ਤੇਰੀ ਮਾਂ ਤੈਨੂੰ ਚਾਹ ਚ ਮਲਾਈ ਪਾ ਕੇ ਦਿੰਦੀ ਸੀ ਚਲੋ ਜੀ ਉਹ ਵਗ ਜਾ ਪਾ ਕੇ ਦੇਉਂਗੀ ਉਹ ਤੂੰ ਵਗ ਜਾ ਵਗ ਜਾ ਓਮ ਬਾਪੂ ਮੇਰੀ ਗੱਲ ਸੁਣ ਲੈ ਯਾਰ ਇੰਨਾ ਨਾ ਬੋਲਿਆ ਕਰ ਸੱਚੀ ਕਹਿਣਾ ਨਾਲੇ ਮੇਰੀ ਗੱਲ ਸੁਣ ਪਹਿਲੀ ਵਾਰੀ ਕੌਣ 20 ਹਜ਼ਾਰ ਰੁਪਇਆ ਦਿੰਦਾ ਹਲੇ ਮੈਂ 7 ਹਜ਼ਾਰ ਦੀ ਨੌਕਰੀ ਤੇ ਲੱਗਿਆ ਹੌਲੀ ਹੌਲੀ ਕਿਤੇ ਹੋਰ ਹੱਥ ਪੈ ਜਾਊਗਾ ਆਪਾਂ ਉੱਥੇ ਲੱਗ ਜਾਵਾਂਗੇ
पुत फिर मैं भी तेरे भले की गल करदा, वो कंजरा समझ लै मेरी गल। ठीक है, मैं तो कपड़े चेंज करके आया। लै दोनी वो मां भी गल पैंदी है, पुत भी, जे कोई चज की गल कहना ये सुनन तैयार नहीं। दस इन्हों का कोई की करे। कोई जोड़ा पखियां दा, कोई जोड़ा पखियां दा, हाय एक माही आप सोने, दूजा जालम अखियां दा, हाय एक माही आप सोने, दूजा जालम अखियां दा। करा करा के मैं वो ठीक है यार, इदा करदा तू। कोई ना, जिदे कलाकार बन गया ना तेरा भाई, हाथ नहीं आना तेरे। वो तो मैं पता है, जो कोई बंदा बन जाए ना कुछ, वो तो भुली जाता है, वो गाँव याद करता है। वो नहीं यार, तू एवं ना वो गल कर, ना थोनू कि भुल जूंगा। थोड़े नाल मस्या मेले देखे ने, थोड़े नाल ही तो रहा मैं। बंडिया फिर चिट्ठिया चुट्ठिया? पुछना यार, गया चिट्ठिया बंडन, उत्थे कहो जी कुड़ी मिली ना, चापड़ 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 इन्ना बोलती सी ना यार, सिर दुखन लाता, एडी तो जवान लगी सी। किन्ना देर वाग गया तू? वो यार उत्थे पिंड च सीगा कोई घर, उन्हां दी चिट्ठी बदल में आ गई, मैं कोई होर फड़ाया आ। जब मैं दुबारे फड़ाउण गया एडी जवान लगी सी। तू यार गाँवी बहुत सोहना सी ओए, तो हैगी भी बहुत सोहनी सी, तैनू पता है। जो बोलती सी ना यार, ऊँ मतलब मोह जहा पै गया, जिवें ऊँ ही कोई बंदा जहा चंगा लगता हुंदा। अच्छा अच्छा, वो देखी के तू नाराज हो भटक जी, देख के संभल के रही इत्थे। ओए नहीं यार, आई कित्थे रात भटकदे आं, पता ही है यार हुण बेबे बापू ने किवें औखा नाल पालिया। ओ हाँ बई, पता है सानू तेरे बापू ने किवें पालिया तू, ते तेरे बापू पिंड च गल्लां हुंदियां ने भी किन्नी कमाई करी है तेरे वास्ते, कोठी पाई है, तू इहे कम्मां च आ के ना कदे बेइज्जती ना करा दी तेरे बुढ़े दी बई। ओ नहीं यार रामन, बेइज्जती करवाउण नूं आपां कड़ा किसे नूं कड्ड के लिआउणा, नाले यार बापू बेबे दी इन्नी की इज्जत है तां मैनूं ही पता है। बस मैं तां हुण इक गल सोचदा भी, जिहड़ी उन्हां दी चिट्ठी सी उह तां मैं फड़ाया आ, उहनूं देखणा भी जरूर है। हुण तां ना यार उन्हां दे घरे मतलब जाना है दोबारे, हुण ए नहीं समझ आ रही भी जाऊंगा किवें। बहाने तां बहुत मिल जांदे ने यार। मेरी प्यारी सहेली गुलाबो, अच्छा ये तो मैंने किसी और दी चिट्ठी है, एक मिनट में चिट्ठी तो पढ़ ला। पढ़ लो जी पढ़ लो, चिट्ठी पढ़ लो, मैं कदों थानू पढ़न तो रोकदा। मेरी प्यारी सहेली गुलाबो, मैं तेरी सहेली, नाम तो लिखिया नहीं, मैं तेरे नाल दसवीं क्लास तक पढ़ाई कीती आ गुलाबो। मेरा पिंड आ की बेबे, ना तो कुड़ी ने अपना नाम लिखिया, ना पिंड का नाम लिखिया। मैनू ऐ तां दस दे पुत, चिट्ठी किहदी है? पता नहीं, इहदे विच तां ही लिखिया होया मेरी प्यारी सहेली गुलाबो। अगे पढ़दे बेबे, जिवें कि तैनू याद ही होवेगा कि आपां दोवें जणियां इकट्ठियां पढ़दियां सी, मैनू तेरी बहुत याद आउंदी आ। तू मैनू कदे फोन भी नहीं कीता, तू अगे पढ़दी आ कि हट गई? तू गाउंदी भी बहुत सोहणा सी, तेरा कोई गाना आया जां नहीं? तेरी प्यारी सहेली फिर खाली था। ओए हो जी चिट्ठी बेबे की दी आ गई, असाइन करो। आ ले कुग्गी मारती जा,
ਤੇਰਾ ਕੰਮ ਨਹੀਂ ਖੜਨਾ ਚਾਹੀਦਾ ਬੇਬੇ। ਮੇਰਾ ਕੰਮ ਤਾਂ ਨਹੀਂ ਖੜਾ ਜੀ, ਬਾਕੀ ਤੁਸੀਂ ਕਿਹੜਾ ਚਾਹ ਦਾ ਨਾਂ ਲੈਣਾ? ਕੋਈ ਗੱਲ ਨਹੀਂ ਪੁੱਤ, ਪਿਆ ਦਿੰਦੇ ਆ ਚਾਹ, ਕੋਈ ਨਾ ਜੇ ਚਾਹ ਦੀ ਜ਼ਰੂਰਤ ਤਾਂ ਬਹਿ ਜਾ। ਨਹੀਂ ਕੋਈ ਗੱਲ ਨਹੀਂ ਬੇਬੇ, ਹੁਣ ਤਾਂ ਨਾ ਦੁੱਧ ਆਮ ਆ ਰਿਹਾ ਨਾ ਆਪਣੀ। ਓ ਕੋਈ ਗੱਲ ਨਹੀਂ ਮਾਤਾ, ਜੇ ਤੁਹਾਡੀ ਕੁੜੀ ਨੂੰ ਮੈਂ ਨਹੀਂ ਬੁਰਾ ਲੱਗਦਾ, ਅੱਜ ਤੋਂ ਬਾਅਦ ਨਹੀਂ ਆਉਂਦਾ ਚਾਹ ਪੀਣ, ਠੀਕ ਹੈ? ਤੁਹਾਡੀ ਚਿੱਠੀ ਉੱਥੇ ਰੱਖ ਦਿਆ ਕਰਾਂਗੇ ਦਫ਼ਤਰ 'ਚ, ਤੁਸੀਂ ਖੁਦ ਆ ਕੇ ਲੈ ਜਾਇਆ ਕਰਿਓ। ਓ ਹੈਲੋ, ਤੂੰ ਹੁੰਦਾ ਕੌਣ ਹੈ ਸਾਡੀ ਚਿੱਠੀ ਦਫ਼ਤਰ 'ਚ ਰੱਖ ਕੇ ਆਉਣ ਵਾਲਾ? ਨਾ ਤੇਰੀ ਹੋਰ ਕਦ ਤੇ ਡਿਊਟੀ ਲੱਗੀ ਹੋਈ ਆ, ਤੂੰ ਇੱਕ ਕੰਮ ਨਾ ਢੰਗ ਸਿਰ ਦਾ ਕਰ ਨਹੀਂ ਸਕਦਾ। ਬਿੰਦਕ ਬਾਤ ਕਹਿ ਦਿੰਦਾ ਚਾਹ ਬਣਾ ਕੇ ਦੇ ਦੇ, ਤਾਂ ਤੇਰੇ ਘਰੇ ਚਾਹ ਨਹੀਂ ਬਣਦੀ? ਉਹ ਚਾਹ ਤਾਂ ਬਣਦੀ ਹੈ ਜੀ, ਪਰ ਤੁਹਾਡੇ ਘਰ ਦੀ ਚਾਹ ਨਹੀਂ ਬਣਦੀ। ਬੇਬੇ ਮੈਨੂੰ ਤਾਂ ਐਂ ਲੱਗਦਾ ਆਹ ਚਿੱਠੀ ਨਾ ਇਹ ਆਪਦੇ ਹੱਥ ਨਾਲ ਲਿਖ ਕੇ ਲੈ ਕੇ ਆਇਆ, ਜਿਹੜਾ ਇਹਦੇ ਵਿੱਚ ਕੋਈ ਨਾਮ ਨਹੀਂ ਤੇ ਪਿੰਡ ਦਾ ਨਾਮ ਨਹੀਂ। ਨਹੀਂ ਪੁੱਤ, ਇਹ ਤਾਂ ਤੈਨੂੰ ਵਹਿਮ ਆਉਗੀ, ਚਿੱਠੀ ਆਈ ਹੋਊ ਕਿਸੇ ਦੀ ਤਾਂ ਫੜਾ ਗਿਆ ਇਹ। ਮੇਰੀ ਗੱਲ ਸੁਣੋ, ਨਾਲੇ ਬੇਬੇ ਮੇਰੇ ਕੋਲ ਇੰਨਾ ਟਾਈਮ ਨਹੀਂ ਵੀ ਮੈਂ ਆਪ ਹੀ ਚਿੱਠੀਆਂ ਲਿਖਾਂ ਤੇ ਆਪ ਹੀ ਤੁਹਾਨੂੰ ਪਾਉਂਦਾ ਫਿਰਾਂ। ਉਹ ਤਾਂ ਤੇਰੇ ਕੱਪੜੇ ਵੇਖ ਕੇ ਵੀ ਪਤਾ ਲੱਗ ਹੀ ਰਿਹਾ, ਕੱਲ ਵੀ ਤੇਰੇ ਆਹੀ ਕੱਪੜੇ ਸੀ ਤੇ ਅੱਜ ਵੀ ਤੇਰੇ ਆਹੀ ਕੱਪੜੇ ਆ। ਜਿਹੜੇ ਬੰਦੇ ਨੂੰ ਕੱਪੜੇ ਚੇਂਜ ਕਰਨ ਦਾ ਟਾਈਮ ਨਹੀਂ ਉਹਦੇ ਕੋਲੇ ਹੋਰ ਚਿੱਠੀ ਲਿਖਣ ਦਾ ਟਾਈਮ ਕਿੱਥੋਂ ਆਜੂ? ਤੁਹਾਨੂੰ ਪੱਕਾ ਯਾਦ ਆ ਵੀ ਮੇਰੇ ਘਰੇ ਕੱਲ ਆਹੀ ਕੱਪੜੇ ਸੀ? ਮੈਨੂੰ ਕੀ ਪਤਾ ਤੇਰੇ ਕੱਲ ਕਿਹੜੇ ਕੱਪੜੇ ਸੀ, ਮੈਂ ਤਾਂ ਵੈਸੇ ਹੀ ਅੰਦਾਜ਼ਾ ਲਾਇਆ। ਚਲ ਕੋਈ ਨਹੀਂ ਬੇਬੇ, ਇਹਨੂੰ ਚਾਹ ਬਣਾ ਕੇ ਪਿਆ ਦੇ। ਚੰਗਾ ਜੀ, ਮੈਂ ਚੱਲਦਾ, ਕੱਲ ਆਉਂਗਾ ਫਿਰ ਪੀ ਲੂੰਗਾ ਚਾਹ ਹੀ, ਕੋਈ ਗੱਲ ਨਹੀਂ। ਪਿਆਦੇ ਬੇਬੇ, ਬਾਚਿਆਂ ਵੀ ਸੁਣਾਉਣਗੇ ਵੀ ਚਾਹ ਵੀ ਨਹੀਂ ਬਣਦੀ ਇਹਨਾਂ ਦੇ। ਚੱਲ ਕੋਈ ਗੱਲ ਨਹੀਂ ਬੇਬੇ, ਤੁਹਾਡੀ ਕੁੜੀ ਦਾ ਤਾਂ ਸੁਭਾਅ ਹੀ ਆਏ ਹੈ। ਮੈਂ ਵੀ ਆਹੀ ਕਹਿੰਦੀ ਸੀ ਪੁੱਤ, ਨਿਆਣੀ ਹੈ ਇਹਦੀ ਗੱਲ ਦਿਲ ਤੇ ਨਾ ਲਾਈ, ਗੁੱਸਾ ਨਾ ਕਰੀ ਮੇਰਾ ਪੁੱਤ। ਕੋਈ ਗੱਲ ਨਹੀਂ ਬੇਬੇ, ਤੁਹਾਡੇ ਘਰੇ ਆ ਕੇ ਨਾ ਆਪਣਾ ਪੰਜ ਮਹਿਸੂਸ ਹੁੰਦਾ, ਤਾਂ ਇੱਥੇ ਆ ਕੇ ਚਾਹ ਦਾ ਨਾ ਲੈ ਲੈਂਦਾ ਮੈਂ। ਫੇਰ ਕੀ ਹੁੰਦਾ ਪੁੱਤ, ਘਰੇ ਆਇਆ ਬੰਦਾ ਤਾਂ ਪਰਮਾਤਮਾ ਬਰਾਬਰ ਹੁੰਦਾ ਹੈਗਾ। ਆ ਜਾ ਨਾਲੇ ਹੁਣ ਚਾਹ ਪੀ ਕੇ ਜਾਈ, ਠੰਡ ਹੈਗੀ। ਚੱਲ ਠੀਕ ਹੈ ਬੇਬੇ, ਜੇ ਤੁਸੀਂ ਇੰਨਾ ਕਹਿੰਦੇ ਤਾਂ ਪੀ ਜਾਂਦੇ ਚਾਹ, ਆ ਜਾ। ਆ ਜਾ ਵੀ ਮੁੰਡੇ, ਆ ਜਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ, ਕਿਹੜਾ ਪਿੰਡ ਹੈ ਕਾਕਾ ਤੇਰਾ? ਮੈਂ ਤਾਂ ਜੀ ਬਗਾਨੇ ਪਿੰਡੋਂ ਆ, ਨਾਲ ਦੇ ਪਿੰਡੋਂ। ਅੱਛਾ, ਬਹਿ ਜਾ। ਤੇ ਘਰੇ ਉਹ ਕਿੱਧਰ ਗਏ ਇੱਥੋਂ ਘਰ ਦੇ ਫਿਰ, ਤੂੰ ਕਿਵੇਂ ਬੈਠਾ? ਪੂਰੀ ਨਹੀਂ, ਮੈਂ ਤਾਂ ਜੀ ਚਿੱਠੀਆਂ ਵੰਡਣ ਦਾ ਕੰਮ ਕਰਦਾ, ਇੱਥੇ ਪਿੰਡ 'ਚ ਡਾਕਖਾਨੇ 'ਚ ਲੱਗਿਆ ਹੋਇਆ ਜੀ। ਸਤਿ ਸ਼੍ਰੀ ਅਕਾਲ ਭਾਈ। ਬੈਠਾ ਤਾਂ ਆਇਆ ਜਿਵੇਂ ਰਿਸ਼ਤੇਦਾਰ ਬਣਿਆ ਹੁਣ ਇਹਨਾਂ ਦਾ। ਕੌਣ ਆ ਭਾਈ ਐਂ, ਤੁਸੀਂ ਘਰੇ ਵੜੋਗੇ ਹੁਣ ਜੇ ਭੋਲਾ ਇੱਥੇ ਹੈ ਨਹੀਂ ਤਾਂ? ਨਹੀਂ ਭਾਈ, ਇਹ ਤਾਂ ਮੁੰਡਾ ਨਾ ਚਿੱਠੀ ਦੇਣ ਆਇਆ ਸੀ, ਠੰਡ ਸੀ, ਚਾਹ ਨੂੰ ਕਹਿਤਾ ਮੈਂ ਚੱਲ ਭਾਈ ਪੀ ਲੈ ਪੁੱਟਾ। ਕੱਲੀਆਂ ਬੁੜੀਆਂ ਕੋਲੇ ਤਾਂ ਵੈਸੇ ਹੀ ਮਤਲਬ ਨਹੀਂ ਬਣਦਾ ਭਾਈ ਤੇਰਾ, ਚਾਹ ਪੀਣ ਨੂੰ ਹੋਰ ਕੱਲਿਆਂ ਦੀ ਚਿੱਠੀ ਥੋੜੋ ਲੈ ਕੇ ਆਇਆ ਤੂੰ, ਕੋਈ ਗੁਰਦੁਆਰੇ ਪੀ ਲਾ, ਕੋਈ ਕਿਸੇ ਦੇ ਘਰੇ ਹੋਰ ਪੀ ਲਾ, ਮਾੜਾ ਮੋਟਾ ਸੰਗ ਮੰਨੀ ਦੀ ਹੁੰਦੀ ਆ। ਨਹੀਂ ਭਾਈ, ਐਸੀ ਜੀ ਕੋਈ ਗੱਲ ਨਹੀਂ ਹੈਗੀ। ਕੋਈ ਨਾ ਬਜ਼ੁਰਗੋ, ਗਲਤੀ ਹੋ ਗਈ, ਅੱਗੇ ਤੋਂ ਧਿਆਨ ਰੱਖੂ ਭਾਈ। ਚੱਲ ਵਧੀਆ ਰਹੇਗਾ, ਧਿਆਨ ਰੱਖੇਗਾ ਤਾਂ। ਨਾਲੇ ਮੇਰੀ ਗੱਲ ਸੁਣੋ, ਆਪ ਤਾਂ ਤੁਸੀਂ ਨਹੀਂ ਗਏ ਮੇਰੇ ਕਹੇ ਤੋਂ ਮੁੰਡਾ ਦੇਖਣ, ਆਹ ਮੁੰਡਾ ਹੈਗਾ ਲਿਆਂਦਾ ਕਿੱਥੇ ਅਗਲਾ, ਬੋ ਕਰੀਏ ਗੱਲ। ਅਜਾ ਬਾਈ, ਆਪਾਂ ਅੰਦਰ ਬਹਿ ਕੇ ਗੱਲ ਕਰਦੇ ਆ। ਅੰਦਰ ਨੂੰ ਕੀ ਆ ਭਾਈ, ਜਿਹੜੀ ਗੱਲ ਕਰਨੀ ਆ ਇੱਥੇ ਹੀ ਕਰਨੀ ਆ, ਕੋਈ ਚੋਰੀ ਗੱਲ ਕਰਨੀ ਆ? ਨਾਲੇ ਕਾਕਾ ਤੂੰ ਚਾਹ ਪੀ ਤੇ ਜਾ ਆਪਦਾ, ਅਸੀਂ ਕੋਈ ਗੱਲ ਕਰੀਏ। ਕੋਈ ਗੱਲ ਨਹੀਂ, ਮੈਂ ਕਿਹੜਾ ਤੁਹਾਨੂੰ ਗੱਲ ਕਰਨ ਤੋਂ ਰੋਕਦਾ, ਮੈਂ ਤਾਂ ਚਾਹ ਪੀ ਕੇ ਵਗ ਜੂੰਗਾ ਜੀ, ਕੋਈ ਗੱਲ ਨਹੀਂ। ਵੈਸੇ ਮਾਤਾ ਕੌਣ ਨੇ ਇਹ? ਓਏ ਇੱਧਰ ਕੀ ਪੁੱਛਦਾ ਮੈਨੂੰ ਪੁੱਛ, ਜੋਰਾ ਕਹਿੰਦੇ ਆ ਗੁੰਡੇ ਵਾਲਾ ਜੋਰਾ, ਨਾਲੇ ਇਸ ਘਰ ਦਾ ਪ੍ਰਾਹੁਣਾ ਮੈਂ, ਫੁੱਫੜ ਅਗਲਾ ਬੋਦਾ। ਠੀਕ ਹੈ ਜੀ, ਠੀਕ ਹੈ ਭਾਈ, ਕੋਈ ਨਾ ਅੰਦਰ ਬਹਿਨੇ ਆਪਾਂ। ਉਹ ਭਾਈ ਤੂੰ ਬੈਠ ਕੇ ਗੱਲ ਕਰ, ਨਾਲੇ ਗਲਾਬੋ ਨੂੰ ਬੁਲਾ, ਆਹਾ ਮੁੰਡਾ ਤੈਨੂੰ ਮੈਂ ਵਾਰੀ ਵਾਰੀ ਦੱਸੀ ਜਾਂਦਾਗਾ। ਉਹ ਤਾਂ ਤੁਹਾਡੀ ਗੱਲ ਠੀਕ ਹੈ ਭਾਈ, ਪਰ ਤੁਹਾਡਾ ਅੱਜ ਮੁੰਡੇ ਨੂੰ ਘਰੇ ਲਿਆਉਣਾ ਬਣਦਾ ਨਹੀਂ ਸੀ। ਬਗਾਨੇ ਵਾਲੀ ਗੱਲ ਕੀ ਕਰਦੇ ਆ ਭਾਈ ਤੂੰ, ਇਹ ਤਾਂ ਸਾਡੀ ਰਿਸ਼ਤੇਦਾਰੀ ਚੋਂ ਆ ਮੁੰਡਾ, ਤੇ ਤੁਸੀਂ ਇੱਥੇ ਬਗਾਨੇ ਬੰਦੇ ਨੂੰ ਭਾ ਕੇ ਚਾਹਾਂ ਪਿਆਉਂਦੇ ਹੋ? ਇਹ ਆ ਗਿਆ ਲੋੜਾ ਆ ਗਿਆ ਕੋਈ, ਨਾਲੇ ਲਿਆ ਮੈਨੂੰ ਕਿਹੜੀ ਚਿੱਠੀ ਲੈ ਕੇ ਆਇਆ ਦੇਖਾਂ। ਨਹੀਂ ਭਾਈ, ਅਹੀ ਜੀ ਗੱਲ ਨਹੀਂ ਹੈਗੀ, ਇਹਦਾ ਜਵਾਕ ਵਿਚਾਰਾ ਲੰਘਦਾ ਵੜਦਾ ਤਾਂ ਆ ਗਿਆ ਚਿੱਠੀ ਫੜਾਉਣ ਕਰਕੇ। ਕੋਈ ਗੱਲ ਨਹੀਂ ਜੀ, ਤੁਸੀਂ ਮੇਰੇ ਤੇ ਕਾਹਨੂੰ ਘਾਬਰੀ ਜਾਂਦੇ ਹੋ, ਮੈਂ ਤਾਂ ਵਗ ਜਾਂਦਾ ਜੀ ਹੁਣ। ਉਹ ਜਾਏਗਾ ਹੀ ਨਹੀਂ, ਗੁੱਡੇ ਖਾਏਗਾ, ਗੱਲਾਂ ਕਰਦਾ ਗਾ, ਕਾਹਨੂੰ ਚਿੱਠੀਆਂ ਦੇਖੀਆਂ ਮੈਂ ਤੇਰੇ ਵਰਗੇ ਦੇਖੇ ਨਹੀਂ ਮੈਂ। ਅੱਛਾ ਆਹ ਚਿੱਠੀ ਹੈ, ਦੇਖ ਆ ਮੁੰਡਾ ਤਾਂ ਕੱਲ੍ਹ ਦੀ ਲੱਗਦੀ ਆ ਤਰੀਕ ਤਾਂ ਮੈਨੂੰ, ਇਹਦੇ ਉੱਪਰ ਲਿਖਿਆ ਪਿਆ ਦੇਖ, ਇਹਦਾ ਕੱਲ੍ਹ ਦੀ ਤਰੀਕ ਦੀ ਆ। ਅੱਛਾ ਹੁਣ ਤੂੰ ਕੱਲ੍ਹ ਦਾ ਚਾਹਾਂ ਇੱਥੇ ਪੀ ਜਾਂਦਾ ਬੈਠਾ, ਇਹ ਹਜੇ ਕਹਿੰਦੇ ਚਿੱਠੀ ਲੈ ਕੇ ਆਇਆ। ਫੁੱਫੜ ਜੀ ਤੁਸੀਂ ਅੱਜ ਫੇਰ ਆ ਗਏ, ਸਤਿ ਸ਼੍ਰੀ ਅਕਾਲ ਫੁੱਫੜ ਜੀ। ਸਤਿ ਸ਼੍ਰੀ ਅਕਾਲ, ਮੈਂ ਠੀਕ ਆ ਭਾਈ, ਮੈਨੂੰ ਐਂ ਦੱਸ ਹੁਣ ਤੈਨੂੰ ਮੈਂ ਪੁੱਛ ਕੇ ਆਉਂਦਾ, ਜਮਾਈ ਆ ਅੱਜ ਘਰ ਦਾ ਮੈਂ, ਫੁੱਫੜ ਆ ਤੇਰਾ, ਤੈਨੂੰ ਪਤਾ ਹੋਣਾ ਚਾਹੀਦਾ, ਤੈਨੂੰ ਪੁੱਛ ਕੇ ਨਹੀਂ ਆਉਂਦਾ ਮੈਂ ਹੁਣ ਇੱਥੇ।
ਨਾਲੇ ਮੈਨੂੰ ਐਂ ਦੱਸ ਚਿੱਠੀ ਕੀ ਵੀ ਆਈ ਆ, ਇਹ ਤਾਂ ਕੱਲ ਦੀ ਚਿੱਠੀ ਆ ਜਿਹੜੀ ਸਾਨੂੰ ਦਿਖਾਈ ਆ, ਕੌਣ ਆ ਇਹ? ਪਹਿਲਾਂ ਤੁਸੀਂ ਮਾਵਾਂ ਦੀਆਂ ਰਾਇ ਕਰ ਲਓ, ਤੇਰੇ ਪਿਓ ਦੀ ਚਿੱਠੀ ਆਈ ਆ ਤੇ ਤੇਰੀ ਮਾਂ ਸਹੇਲੀ ਦੀ ਆਈ ਆ। ਚਾਲਾਂ ਨੇ ਮੈਨੂੰ ਪਤਾ ਗਾ, ਆਈਆਂ ਨੇ ਚਿੱਠੀਆਂ ਇਹਨਾਂ ਦੀਆਂ। ਉਹ ਜਾਵੜਾ ਤੂੰ ਖੁੰਡੇ ਖਾਣੇ ਨੇ ਹੁਣ। ਫੁੱਫੜ ਜੀ ਚਾਹ ਤਾਂ ਪੀ ਲੈਣ ਦੋ, ਵਿਚਾਰੇ ਨੂੰ ਹਾਲੇ ਤਾਂ ਚਾਹ ਪੀ ਰਿਹਾ ਉਹ। ਅੱਛਾ ਵਿਚਾਰਾ, ਕਿੰਨੇ ਕੁ ਟਾਈਮ ਤੋਂ ਜਾਣਦੇ ਆ ਭਾਈ ਜਿਹੜੀ ਤੂੰ ਇਹਨੂੰ ਵਿਚਾਰਾ ਵਿਚਾਰਾ ਕਰੀ ਜਾਂਦੀ ਹੈ। ਨਹੀਂ ਨਹੀਂ ਫੁੱਫੜ ਜੀ, ਜੇ ਇਹਨਾਂ ਦੀ ਥਾਂ ਤੇ ਕੋਈ ਹੋਰ ਚਾਹ ਪੀਂਦਾ ਹੁੰਦਾ ਮੈਂ ਤਾਂ ਫਿਰ ਵੀ ਇਹੀ ਕਹਿਣਾ ਸੀ ਵੀ ਵਿਚਾਰੇ ਨੂੰ ਚਾਹ ਪੀ ਲੈਣ ਦੋ, ਚਲੋ ਅੱਧ ਵਿਚਾਰੇ ਤਾਂ ਕਾਹਨੂੰ ਭੇਜਣਾ। ਚਲੋ ਛੱਡੋ ਪਰੇ ਗੱਲਾਂ, ਆਹਾ ਮੁੰਡਾ ਗਾ ਉਹ ਜਿਹੜਾ 7.5 ਕਿੱਲੇ ਆਉਂਦੇ ਆ, ਮੈਂ ਦੱਸਿਆ ਸੀਗਾ ਵੀ ਰਿਸ਼ਤੇ ਰੁਸ਼ਤੇ ਬਾਰੇ ਗੱਲ ਕਰੀਏ ਆਪਾਂ। ਬਾਈ ਪਰ ਮੈਂ ਤਾਂ ਕਿਸੇ ਰਿਸ਼ਤੇ ਵਾਸਤੇ ਹਾਂ ਹੀ ਨਹੀਂ ਕੀਤੀ, ਮੈਂ ਕਿਹੜਾ ਤੁਹਾਨੂੰ ਕਿਹਾ ਸੀ ਫੁੱਫੜ ਜੀ ਵੀ ਮੁੰਡੇ ਨੂੰ ਘਰੇ ਲੈ ਕੇ ਆਓ। ਉਹ ਭਾਈ ਘਰੇ ਲੈ ਕੇ ਆਉਣ ਵਾਲੀ ਗੱਲ ਨਹੀਂ, ਇਹ ਮੁੰਡੇ ਦੇ ਵਿੱਚ ਮੈਨੂੰ ਕਮੀ ਦਿਖਾ ਦਿਓ, ਪੁੱਠਾ ਮੋੜ ਕੇ ਲੈ ਜਾਊਂਗਾ ਮੈਂ, ਦੁਬਾਰੇ ਤੁਹਾਡੇ ਘਰੇ ਆ ਕੇ ਗੱਲ ਨਹੀਂ ਕਰਦਾ ਰਿਸ਼ਤੇ ਦੀ। ਚਾਹੇ ਕੁਛ ਮਰਜ਼ੀ ਹੋ ਜੇ ਫੁੱਫੜ ਜੀ, ਤੁਸੀਂ ਇਹਨਾਂ ਨੂੰ ਵਾਪਸ ਲੈ ਕੇ ਜਾਣਾ ਵਾਪਸ ਲੈ ਜਾਓ, ਮੈਂ ਹਲੇ ਜਦੋਂ ਵਿਆਹ ਨਹੀਂ ਕਰਾਉਣਾ ਤਾਂ ਨਹੀਂ ਕਰਾਉਣਾ। ਨਾਲੇ ਇਹ ਗੱਲ ਮੈਨੂੰ ਤੁਹਾਡੀ ਬਹੁਤ ਬੁਰੀ ਲੱਗੀ ਜਿਹੜਾ ਤੁਸੀਂ ਸਾਡੀ ਬਿਨਾਂ ਪਰਮਿਸ਼ਨ ਤੋਂ ਮੁੰਡੇ ਨੂੰ ਘਰੇ ਲੈ ਕੇ ਆਏ ਹੋ। ਗੁਲਾਬੋ ਪੁੱਤ ਚੁੱਪ ਕਰ, ਐਂ ਨਹੀਂ ਬੋਲਿਆ ਕਰਦੇ ਵੱਡਿਆਂ ਨੂੰ। ਕੀ ਬੇਬੇ ਚੁੱਪ ਕਰ, ਇਹਦੇ ਵਿੱਚ ਕੀ ਹੈ? ਮੈਨੂੰ ਨਹੀਂ ਆਹ ਘੁੱਟ ਘੁੱਟ ਕੇ ਜੀਣਾ ਆਉਂਦਾ ਤੁਹਾਡੇ ਵਾਂਗੂ, ਤੁਸੀਂ ਹਮੇਸ਼ਾ ਫੁੱਫੜ ਦੀ ਦਾਬ ਝੱਲੀ ਆ, ਮੈਥੋਂ ਨਹੀਂ ਝੱਲੀ ਜਾਂਦੀ ਕਿਸੇ ਦਾਬ ਦੂਬ। ਨਾਲੇ ਠੀਕ ਹੈ ਬੇਬੇ, ਫਿਰ ਜਦੋਂ ਗੁਲਾਬੋ ਨਹੀਂ ਚਾਹੁੰਦੀ ਤਾਂ ਫਿਰ ਧੱਕਾ ਕਾਹਦੇ ਵਾਸਤੇ ਕਰਨਾ? ਉਹ ਤੂੰ ਕੰਮ ਕਰ ਆਉਂਦਾ, ਚਾਹ ਚੌਲਸਲਾ, ਨਿਕਲ ਇੱਥੋਂ, ਤੈ ਸਾਡੇ ਘਰ ਦੇ ਮਸਲੇ ਤੋਂ ਲੈਣਾ ਕੀ ਹੈਗਾ? ਜਾਣਾ ਹੀ ਜਾਣਾ ਹੀ। ਚੱਲ ਚੱਲ ਨਿਕਲ ਨਿਕਲ, ਠੰਡੇ ਠੰਡੇ ਹੁਣ ਤੁਹਾਨੂੰ ਪੁੱਛ ਕੇ ਆਇਆ ਜਾਇਆ ਕਰੂੰ, ਨਾਲੇ ਫੈਸਲਾ ਲਿਆ ਕਰੂੰ, ਨਾਲੇ ਕੁੜੀ ਨੂੰ ਮੜਾ ਸਮਝਾ ਦਿਓ, 4 ਲੱਖ ਰੁਪਇਆ ਲੈਣਾ ਸੋਤੋਂ ਮੈਂ, ਐਵੇਂ ਨਹੀਂ ਤੁਰਿਆ ਫਿਰਦਾ। ਕੋਈ ਗੱਲ ਨਹੀਂ ਫੁੱਫੜ ਜੀ, ਮੈਨੂੰ ਯਾਦ ਹੈ ਵੀ ਅਸੀਂ ਤੁਹਾਡਾ 4 ਲੱਖ ਰੁਪਇਆ ਲੈਣਾ, ਜਦੋਂ ਸਾਡੇ ਕੋਲ ਪੈਸੇ ਹੋਏ ਅਸੀਂ ਦੇ ਦਾਂਗੇ। ਨਾਲੇ ਫਿਰ ਕੀ ਹੋਇਆ, ਤੁਹਾਡੇ ਕੋਲ ਪੈਸੇ ਸੀ ਤੁਸੀਂ ਤਾਂ ਸਾਡੇ ਔਖੇ ਟਾਈਮ 'ਚ ਕੰਮ ਆ ਗਏ, ਨਾਲੇ ਕੰਮ ਆਉਣਾ ਵੀ ਕੀ ਕੰਮ ਆਉਣਾ ਹੋਇਆ ਫਿਰ, ਜਦੋਂ ਬੰਦਾ ਪੈਸੇ ਦੇ ਕੇ ਛੇਤੀ ਸੁਣਾ ਵੀ ਦੇਵੇ ਤਾਂ। ਉਹ ਅੱਜ ਤੱਕ ਦਾ ਸੁਣਾਇਆ ਨਹੀਂ, 4 ਸਾਲ ਹੋ ਗਏ, ਜਦੋਂ ਹੁਣ ਤੁਸੀਂ ਹਰੇਕ ਗੱਲ ਪਿੱਛੇ ਮੇਰੀ ਵੱਢਮੀ ਕਰ ਦਿਓ ਤਾਂ ਸੁਣਾਉਂਗੇ ਤਾਂ ਹੋਰ ਕੀ ਕਰੂੰਗਾ। ਤੁਸੀਂ ਪੈਸੇ ਕਿਉਂ ਨਹੀਂ ਮੋੜਦੇ ਫੁੱਫੜ ਦੇ, ਬਾਰ ਬਾਰ ਮੇਰੇ ਮਿਹਣੇ ਮਰਵਾਈ ਜਾਂਦੇ ਹੋ। ਕੋਈ ਨਾ ਮੋੜਦਿਆਂ ਇਹ ਗੁਲਾਬੋ, ਤੂੰ ਕਿਉਂ ਔਖੀ ਹੁੰਦੀ ਆ? ਕੋਈ ਗੱਲ ਨਹੀਂ, ਪੈਸੇ ਵਾਲੀ ਦਾ ਨਾਲੇ 'ਚ ਕੋਈ ਗੱਲ ਹੀ ਨਹੀਂ, ਉਹ ਤਾਂ ਤੁਹਾਨੂੰ ਦੱਸਿਆ ਤੇਰਾ ਦਿਮਾਗ ਖੋਲਣ ਵਾਸਤੇ ਵੀ ਮਾੜਾ ਮੋਟਾ ਗੱਲ ਮੰਨ ਲਈ ਦੀ ਹੁੰਦੀ ਆ ਸਿਆਣੇ ਬੰਦੇ ਦੀ। ਫੁੱਫੜ ਜੀ ਮੈਂ ਤੁਹਾਡੀ ਹਰੇਕ ਗੱਲ ਮੰਨਣ ਵਾਸਤੇ ਤਿਆਰ ਹਾਂ, ਪਰ ਆਹ ਗੱਲ ਮੈਨੂੰ ਤੁਹਾਡੀ ਬਿਲਕੁਲ ਨਹੀਂ ਚੰਗੀ ਲੱਗੀ, ਜਿਹੜਾ ਮੁੰਡਿਆਂ ਤੁਸੀਂ ਐਵੇਂ ਘਰੇ ਲੈ ਕੇ ਆ ਗਏ। ਅੱਛਾ ਮੈਂ ਘਰੇ ਲੈ ਕੇ ਆ ਗਿਆ ਤੇ ਇਹਨਾਂ ਨੂੰ ਚਾਹ 'ਚ ਦੁੱਧ 'ਚ ਪੱਤੀਆਂ ਪਾ ਪਾ ਪਿਆਉਣੇ ਹੋ, ਇਹ ਕੀ ਨੇੜਿਓਂ ਲੱਗਦਾ ਆਪਣਾ? ਇਹ ਮੁੰਡਾ ਹੁਣ ਆਇਆ, ਕੋਈ ਕੁਛ ਕਿਹਾ ਤੁਹਾਨੂੰ ਕਿਸੇ ਨੇ? ਮੇਰੇ ਨਾਲ ਆਇਆ ਇਹ, ਰਿਸ਼ਤੇਦਾਰ ਆ ਮੇਰਾ, ਨਾਲੇ ਪਿੰਡ 'ਚ ਜਾ ਕੇ ਪੁੱਛਿਓ, ਇਹੋ ਜਿਹੇ ਬੰਦੇ ਇਹ ਨਹੀਂ ਇਹ ਮਿਲਣੇ ਤੁਹਾਨੂੰ ਮੁੜ ਕੇ ਕਦੇ। ਬਾਈ ਇਹ ਵੀ ਕੋਈ ਉਈ ਨਹੀਂ ਵਿਚਾਰਾ, ਡਾ ਕੀ ਹੈਗਾ, ਸਾਰਾ ਪਿੰਡ ਜਾਣਦਾ ਇਹਨੂੰ, ਸਾਰੇ ਘਰਾਂ 'ਚ ਚਿੱਠੀਆਂ ਦੇ ਕੇ ਜਾਂਦਾ। ਹੋਊਗਾ ਡਾਕੀਆ, ਮੈਨੂੰ ਵੀ ਪਤਾ ਗਾ, ਬਾਕੀ ਇਹੀ ਘਰ ਦਿਸਦਾ ਇਹਨੂੰ ਚਾਹ ਪਿਆਉਣ ਵਾਸਤੇ, ਪਿੰਡ ਮਰ ਗਿਆ ਇਹਨੂੰ ਕੋਈ ਚਾਹ ਨਹੀਂ ਪੁੱਛਦਾ ਹੋਰ। ਨਾਲੇ ਮੈਨੂੰ ਕੱਲ ਦੱਸੋ ਵੀ ਕਿਵੇਂ ਕਰਨਾ ਤੁਸੀਂ, ਬਸ ਜਿਹੜਾ ਕੰਮ ਆਇਆ ਉਹ ਦੱਸੋ। ਫੈਸਲਾ ਕਿਹਨੇ ਕਰਨਾ, ਮੇਰੇ ਵਿਆਹ ਦੀ ਗੱਲ ਚੱਲ ਰਹੀ ਹੈ ਨਾ ਤਾਂ ਮੇਰਾ ਤਾਂ ਅਟਲ ਫੈਸਲਾ, ਮੈਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ। ਬੇਬੇ ਤੁਸੀਂ ਵੀ ਕਹਿ ਦਿਓ ਵੀ ਆਪਾਂ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ, ਜਿਹੜੇ ਮੁੰਡੇ ਨੂੰ ਇਸ ਘਰ ਦੇ ਵਿੱਚ ਲੈ ਕੇ ਆਏ ਨਾ ਫੁੱਫੜ ਜੀ, ਉਹਨੂੰ ਵਾਪਸ ਲੈ ਕੇ ਮੁੜ ਜਾਣ। ਬਾਈ ਮੇਰੀ ਬੇਨਤੀ ਆ, ਹੱਥ ਬੰਨ ਕੇ ਦੇਖ, ਦਿਨ ਰਾਤ ਆ। ਹੱਥ ਕਦ ਬੰਨਦੇ ਮੰਮੀ ਤੁਸੀਂ? ਪਰ ਮੈਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਹੈਗਾ ਜੇ ਮੇਰੀ ਧੀ ਨੂੰ ਮਨਜ਼ੂਰ ਨਹੀਂ। ਅੱਛਾ ਹੁਣ ਨਹੀਂ ਚੱਲਦੀ, ਮੈਨੂੰ ਪਤਾ ਮੇਰੀ ਇੱਥੇ ਹਨਾ ਜਦੋਂ ਪੈਸੇ ਲੈਣੇ ਹੁੰਦੇ ਆ ਉਦੋਂ ਫੁੱਫੜ ਯਾਦ ਆਉਂਦਾਗਾ, ਲੱਗ ਗਿਆ ਪਤਾ ਮੈਨੂੰ। ਬਾਕੀ ਗੱਲ ਸੁਣ ਲਓ ਮੇਰੀ ਇੱਕ ਗੱਲ ਕੰਨ ਖੋਲ ਕੇ, ਜਾਂ ਤਾਂ ਰਿਸ਼ਤਾ ਕਰ ਦਿਓ ਇਸ ਮੁੰਡੇ ਨੂੰ, ਨਹੀਂ 2 ਦਿਨਾਂ ਦੇ ਵਿੱਚ ਵਿੱਚ ਸਮੇਤ ਵਿਆਜ ਮੇਰੇ ਪੈਸੇ ਮੇਰੇ ਘਰੇ ਪਹੁੰਚਦੇ ਕਰ ਦਿਓ, ਨਾ ਮੈਂ ਇੱਥੇ ਆਵਾਂ ਨਾ ਮੇਰੇ ਤੁਸੀਂ ਆਇਓ। ਚਲੋ ਮੁੰਡਾ ਚੱਲੀਏ। ਤੁਸੀਂ ਪਰਵਾਹ ਨਾ ਕਰੋ ਫੁੱਫੜ ਜੀ, ਪੈਸੇ ਤਾਂ ਤੁਹਾਡੇ ਮੈਂ ਆਪ ਹੀ ਮੋੜ ਦੂੰਗੀ। ਗੁਲਾਬੋ ਪੁੱਤ ਕਹਿ ਤਾਂ ਦਿੱਤਾ, 2 ਦਿਨਾਂ 'ਚ 4 ਲੱਖ ਰੁਪਇਆ ਕਿੱਥੋਂ ਲਿਆਵੇਂਗੀ? ਮੈਨੂੰ ਤਾਂ ਬੇਬੇ ਤੁਹਾਡੀ ਹੈਰਾਨੀ ਹੁੰਦੀ ਆ ਵੀ ਤੁਸੀਂ ਹਰੇਕ ਬੰਦੇ ਦੀ ਚਮਚਾਗਿਰੀ ਕਿਉਂ ਕਰਦੇ ਹੋ, ਤੁਹਾਨੂੰ ਕੀ ਲੋੜ ਪਈ ਸੀ ਫੁੱਫੜ ਨੂੰ ਸਿਰ ਤੇ ਬਿਠਾਉਣ ਦੀ? ਨਾਲੇ ਜੇ ਗੱਲ 4 ਲੱਖ ਦੀ ਹੈ ਨਾ, ਤੁਹਾਡੀ ਧੀ ਮੁੜੂਗੀ 4 ਲੱਖ ਰੁਪਇਆ ਉਹਦਾ। ਗੁਲਾਬੋ ਪੁੱਤ
ਗੱਲ ਤਾਂ ਸੁਣ ਲੈ ਮੇਰੀ, ਐ ਕਿਉਂ ਬਾਗੀ ਤੂੰ? ਚੱਲ ਕੋਈ ਨਾ ਬੇਬੇ, ਤੂੰ ਟੈਨਸ਼ਨ ਨਾ ਲੈ। ਵੈਸੇ ਜੋ ਵੀ ਫੈਸਲਾ ਲਿਆ ਨਾ ਉਹਨੇ ਸਹੀ ਲਿਆ। ਇਸ ਬੰਦੇ ਦੀ ਜੇ ਤੁਹਾਡੇ ਘਰੇ ਚੱਲੀ ਨਾ ਬੇਬੇ, ਤੁਹਾਡਾ ਘਰ ਖਰਾਬ ਕਰ ਦੂਗਾ। ਅੱਖ ਨਹੀਂ ਸਹੀ ਹੈਗੀ ਉਹ ਬੰਦੇ ਦੀ। ਕੋਈ ਨਾ ਪੁੱਤ, ਹਾਲਾਤਾਂ ਤੋਂ ਮਜਬੂਰ ਹੋ ਜਾਂਦੇ ਜਦੋਂ, ਸਭ ਕੁਝ ਹੀ ਹੋ ਜਾਂਦਾ ਫਿਰ। ਚੱਲ ਕੋਈ ਨਾ ਬੇਬੇ, ਤੂੰ ਟੈਨਸ਼ਨ ਨਾ ਲੈ। ਰੱਬ ਜੋ ਵੀ ਕਰੂਗਾ ਨਾ ਚੰਗਾ ਹੀ ਕਰੂਗਾ। ਹੱਸ ਕੇ ਰਿਹਾ ਕਰ, ਠੀਕ ਹੈ? ਨਾਲੇ ਹਾਂ, ਜੇ ਹੁਣ ਚਿੱਠੀ ਆਈ ਤਾਂ ਮੈਂ ਆਊਂਗਾ ਦੇਣ, ਠੀਕ ਹੈ? ਚੰਗਾ ਪੁੱਤ। ਚੰਗਾ ਬੇਬੇ, ਧਿਆਨ ਰੱਖਿਓ, ਹੈ? ਚੰਗਾ ਪੁੱਤ। ਗੁਲਾਬੋ, ਕੀ ਗੁਲਾਬੋ? ਕੀ ਸੋਚੀ ਜਾਂਦੇ ਆ? ਉਹ ਸੋਚਣਾ ਕੀ ਹੈ, ਮੈਂ ਤਾਂ ਐਂ ਸੋਚਦਾ ਸੀ ਵੀ ਆਪਣੇ ਵਾਲੇ ਬੁੱਧੂ ਨੂੰ ਜੇ ਇਹ ਇਹੋ ਜਿਹੇ ਕੰਮਾਂ 'ਤੇ ਲੱਗਿਆ ਰਿਹਾ, ਇਹਨੂੰ ਰਿਸ਼ਤਾ ਕੌਣ ਕਰੂ? ਕਿਉਂ ਕੰਮ ਮਾੜਾ ਹੈ? 7,000 ਰੁਪਈਆ ਲੈਂਦਾ, ਨਾਲੇ ਰਿਸ਼ਤਿਆਂ ਦੀ ਹਜੇ ਸਾਨੂੰ ਕਾਹਲੀ ਹੈ, 26 ਸਾਲ ਲੱਗਾ ਹਜੇ ਉਹਨੂੰ। ਉਹ ਮੇਰੀ ਗੱਲ ਸੁਣ ਲੈ, ਹੁਣ ਤਾਂ ਇਹਨੂੰ ਰਿਸ਼ਤਾ ਹੁੰਦਾ, ਬਾਅਦ 'ਚ ਇਹਨੂੰ ਕਿਸੇ ਨੇ ਨਹੀਂ ਕਰਨਾ ਜਦੋਂ ਉਮਰ ਟੱਪ ਗਈ। ਇਹਨੂੰ ਕੋਈ ਹੁਣੀ ਚੱਜ ਦੇ ਕੰਮ 'ਤੇ ਲਾ ਲੈ, ਮੇਰੀ ਗੱਲ ਮੰਨ ਲੈ। ਚੁੱਪ ਕਰਕੇ ਬਹਿ ਜਾਓ, ਹਜੇ ਨਹੀਂ ਮੈਂ ਆਪਣਾ ਪੁੱਤ ਫਾਹੇ ਟੰਗਣਾ। ਨਾਲੇ ਰਿਸ਼ਤੇ ਦੀ ਗੱਲ ਕਰਦੇ ਹਾਂ, ਕੌਣ ਕਰੂਗਾ ਨਾ? ਹੈਗੀਆਂ ਮੇਰੀਆਂ ਭੈਣਾਂ, ਇਹਦੀ ਭੂਆ ਕਰ ਦੇਣਗੇ ਆਪੇ ਰਿਸ਼ਤਾ। ਅੱਛਾ, ਜੇ ਇਹਨੂੰ ਕੰਮ ਨੂੰ ਕਹਿਣਾ ਤਾਂ ਉਹ ਫਾਹੇ ਟੰਗਿਆ ਜਾਂਦਾ ਹੁੰਦਾ, ਮੈਂ ਕੰਮ ਨਹੀਂ ਕਰਦਾ ਸੀ ਨਾ। ਮੇਰਾ ਪੁੱਤ ਕੀ ਖੁੰਡਾ 'ਤੇ ਵਿਹਲਾ ਬੈਠਾ ਤਾਸ਼ ਕੁੱਟਦਾ, ਕੰਮ ਕਰਦਾ, 7,000 ਰੁਪਈਆ ਮਹੀਨੇ ਦਾ ਲਿਆਉਂਦਾ। 7,000 ਬਹੁਤ ਲਿਆਉਂਦਾ, ਉਹ ਕਦੇ ਕਿਤੇ ਕਦੇ ਕਿਤੇ, ਉਹ ਤਾਂ ਹੋਇਆ ਆਪਦੇ ਖਰਚੇ ਨਹੀਂ ਉਹਦੇ ਪੂਰੇ ਹੁੰਦੇ। ਕਾਰੇ ਤਾਂ ਲੱਗਾ ਹੋਇਆ, ਮੁੰਡਿਆਂ ਨਾਲ ਤਾਂ ਨਹੀਂ ਫਿਰਦਾ ਬਾਹਰ? ਉਹ ਕਾਰੇ ਲੱਗ ਜੇ ਤਾਂ ਚੰਗੇ ਕਾਰੇ ਤਾਂ ਲੱਗ ਜੇ, ਮੈਂ ਤੈਨੂੰ ਐਂ ਤਾਂ ਨਹੀਂ ਕਹਿੰਦਾ ਵੀ ਮੁੰਡਿਆਂ ਨਾਲ ਤਾਂ ਨਹੀਂ ਫਿਰਦਾ ਬਾਹਰ। ਉਹੀ ਬਸ ਜਿਹੜੀ ਗੱਲ ਨਹੀਂ, ਤੁਸੀਂ ਕੀ ਸੋਚਦੇ ਆ ਕੀ ਕਹਿੰਦੇ ਆ ਮੇਰੀ ਸਮਝ ਤੋਂ ਬਾਹਰ ਆ। ਦੇਖ, ਮੈਨੂੰ ਤਾਂ ਇਹ ਪਤਾ ਵੀ ਮੇਰਾ ਪੁੱਤ ਕੰਮ ਕਾਰੇ ਲੱਗਾ ਹੋਇਆ ਆ, ਬਸ ਮੈਨੂੰ ਉਹਦਾ ਕੋਈ ਡਰ ਨਹੀਂ, ਕੋਈ ਉਹਦਾ ਫਿਕਰ ਨਹੀਂ, ਠੀਕ ਆ ਨਾ? ਜਿੱਦੇ ਵਿਆਹ ਹੋਣਾ ਹੋਊਗਾ ਮੈਂ ਆਪਣੀਆਂ ਭੈਣਾਂ ਨੂੰ, ਇਹਦੀਆਂ ਭੂਆਂ ਨੂੰ ਕਹਿ ਦਊਂਗੀ, ਉਹਨੇ ਰਿਸ਼ਤਾ ਕਰ ਦੇਣਾ। ਤੁਸੀਂ ਇਹਦੇ ਰਿਸ਼ਤੇ ਦੀ ਫਿਕਰ ਨਾ ਕਰੋ ਬਸ। ਉਹ ਮੈਨੂੰ ਹੋਰ ਹੈ, ਆਹ ਜਿਹੜਾ ਸਾਈਕਲ 'ਤੇ ਚੱਕੀ ਫਿਰਦਾ ਨਾ ਇਹ, ਹੈਂ, ਇਹ ਇਹਦਾ ਮੈਨੂੰ ਚੰਗਾ, ਘਰੇ ਸਾਰਾ ਕੁਛ ਘਰ 'ਚ ਹੈਗਾ, ਕਿਉਂ ਇਹ ਸਾਈਕਲ ਚੱਕੀ ਫਿਰਦਾ, ਕਿਉਂ ਮੇਰੀ ਬੇਇੱਜ਼ਤੀ ਕਰਾਉਂਦਾ ਪਿੰਡ 'ਚ? ਮੈਂ ਜਿੱਥੋਂ ਦੀ ਲੰਘਦਾ ਨਾ, ਅਗਲਾ ਉਹਦੀ ਕਹਿੰਦਾ ਲੈ ਵੀ ਆ ਜਾਂਦਾ 4.5 ਕਿੱਲਿਆਂ ਦਾ ਮਾਲਕ, ਅਤੇ ਮੁੰਡਾ ਇਹਦਾ ਸਾਈਕਲ ਚੱਕੀ ਫਿਰਦਾ। ਨਾ ਕਿਹੜੇ ਕਹਿੰਦੇ ਆ ਤੁਹਾਨੂੰ, ਕੌਣ ਮਿਹਣੇ ਮਾਰਦਾ ਮੈਨੂੰ ਦੱਸੋ, ਮੈਂ ਪੁੱਛ ਕੇ ਆਵਾਂ ਅਗਲੇ ਦੇ ਘਰ। ਨਾਲੇ ਰਹੀ ਗੱਲ ਸਾਈਕਲ ਦੀ ਨਾ, ਮੇਰਾ ਪੁੱਤ ਸੱਭਿਆਚਾਰ ਨਾਲ ਜੁੜਿਆ ਹੋਇਆ ਆ, ਜੇ ਸਾਈਕਲ ਚਲਾਉਂਦਾ ਢਿੱਡ ਨਹੀਂ ਵੱਧਦਾ। ਤੂੰ ਸਾਈਕਲ ਜਦੋਂ ਦਾ ਛੱਡਿਆ ਨਾ, ਉਦੋਂ ਦਾ ਦੇਖ ਲੈ ਢਿੱਡ ਐ ਤੂੜੀ ਦੇ ਕੁੱਪ ਵਾਂਗੂ ਹੋਇਆ ਪਿਆ ਆ। ਐਵੇਂ ਬੋਲੀ ਜਾਂਦਾ, ਕਿਉਂ ਸਿਰ ਪੈਰ ਨਹੀਂ ਗੱਲਾਂ ਦਾ ਜਿਹੜੀਆਂ ਤੂੰ ਕਰੀ ਜਾਂਦਾ? ਉਹ ਮੇਰੀ ਗੱਲ ਸੁਣ, ਤੂੰ ਬਾਲਾ ਆਪਦੇ ਪੁੱਤ ਦਾ ਪੱਖ ਜਾਣਾ ਲੈ, ਮੈਂ ਤਾਂ ਕਹਿੰਦਾ ਆਪਾਂ ਇਹਨੂੰ ਵਿਆਹ ਲਈਏ। ਉਹ ਦੇਖ ਲੈ, ਉਹ 11 ਕਿੱਲਿਆਂ ਦਾ ਹੋ ਫਿਰਦਾ, ਡਿਪ ਡਿਪ ਕਰਦਾ, ਉਹਨੂੰ ਕੋਈ ਰਿਸ਼ਤਾ ਨਹੀਂ ਕਰਦਾ। ਕੋਈ ਹੋਰ ਕਾਜ ਹੋਣਾ ਉਹ ਮੁੰਡੇ ਵਿੱਚ, 11 ਕਿੱਲਿਆਂ ਕਰਕੇ ਨਹੀਂ ਹੈਗਾ ਵੀ ਉਹਨੂੰ ਰਿਸ਼ਤਾ ਨਹੀਂ ਆਉਂਦਾ। ਊਂ ਵੀ ਉਹ ਲੱਛਣ ਲੁੱਛਣ ਉਹਦੇ ਠੀਕ ਨਹੀਂ ਹੈਗੇ, ਮੈਨੂੰ ਪਤਾ ਹੈਗਾ ਮੁੰਡਿਆਂ ਦੇ। ਲੈ, ਇਹਨੂੰ ਪਤਾ ਹੈ ਮੁੰਡਿਆਂ ਦਾ, ਜਿਵੇਂ ਇਨਕੁਆਇਰੀ ਕਰਨ ਗਈ ਹੁੰਦੀ ਹੈ। ਤਾਂ ਹੀ ਨਹੀਂ ਉਹਦਾ ਰਿਸ਼ਤਾ ਹੁੰਦਾ, ਕਿਉਂ ਨਹੀਂ ਤੂੰ ਸਮਝਦਾ? ਉਹ ਮੁੰਡੇ ਦੇ ਲੱਛਣ ਨਹੀਂ ਠੀਕ। ਉਹ ਫਿਰ ਆਪਣੇ ਦੇ ਤਾਂ ਠੀਕ ਹੈ, ਜੇ ਆਹ ਕੰਮ ਛੱਡਦੇ ਇਹ ਨਾਲ ਦੀ ਨਾਲ ਠੀਕ ਕੰਮ ਸਾਰਾ। ਕੋਈ ਗੱਲ ਨਹੀਂ, ਇਹ ਕੰਮ ਨਹੀਂ ਛੁੱਟਣਾ ਮੁੰਡੇ ਦਾ, ਨਾ ਮੈਂ ਛੱਡਣ ਦੇਣਾ, ਗੱਲ ਖਤਮ ਬਸ। ਮੈਂ ਤੈਨੂੰ ਇੱਕ ਗੱਲ ਕਹਿਣਾ, ਜੇ ਇਹਨੇ ਆਹ ਸਾਈਕਲ ਜਿਹਾ ਚਲਾਉਣਾ ਨਾ, ਇਹ ਸੱਭਿਆਚਾਰ ਦੀ ਗੱਲ ਕਰਦਾ, ਇਹਨੂੰ ਐਂ ਕਹਿ ਪੱਗ ਬੰਨਿਆ ਕਰੇ, ਗਲ 'ਚ ਕੈਂਠਾ ਪਾਇਆ ਕਰੇ, ਆਹ ਪਤਲੂਣਾ ਜਿਹਾ ਪਾ ਕੇ ਨਾ ਫਿਰਦਾ ਰਿਹਾ ਕਰੇ ਇੱਥੇ। ਉਹ ਪਤਲੂਣਾ ਜਿਹੜੀਆਂ ਕਹਿੰਦਾ ਨਾ, ਡਾਕਖਾਨੇ ਵਾਲੇ ਨੇ ਵਰਦੀ ਲਾ ਰੱਖੀ ਉਹਨੂੰ ਖਾਕੀ, ਉਹ ਪਾ ਕੇ ਫਿਰਦਾ ਉਹ। ਫਿਰਦਾ ਉਹ ਡਾਕਖਾਨੇ, ਕੁਛ ਪਤਾ ਨਹੀਂ, ਉਈ ਬੋਲੀ ਜਾਂਦਾ। ਲੋਕਾਂ ਦੇ ਬਾਪ ਕਹਿੰਦੇ ਆ ਵੀ ਮੇਰਾ ਜਵਾਕ ਕੰਮ 'ਤੇ ਲੱਗੇ ਭਾਈ, ਭਾਵੇਂ ਮਹੀਨੇ ਦਾ 5,000 ਲਿਆਵੇ, ਤੇਰਾ ਪੁੱਤ ਤਾਂ ਸੁੱਖ ਨਾਲ 7,000 ਲਿਆਉਂਦਾ। ਤੂੰ ਫੇਰ ਨਹੀਂ ਖੁਸ਼ ਹੁੰਦਾ? ਵਾਹਿਗੁਰੂ ਦਾ ਸ਼ੁਕਰ ਕਰ ਵੀ ਨਸ਼ੇ ਪੱਤੇ ਤੋਂ ਰਹਿਤ ਹੈ, ਕਿਸੇ ਦਾ ਗਾਲੀ ਗਲੋਚ ਨਹੀਂ, ਕਿਸੇ ਦਾ ਕੋਈ ਗਾਲ ਲਾਂਭਾ ਨਹੀਂ, ਕੰਮ 'ਤੇ ਜਾਂਦਾ 8:30, ਆਥਣ ਨੂੰ 5 ਵਜੇ ਮੁੜ ਕੇ ਆਉਂਦਾ, ਅਤੇ ਤੂੰ ਉਈ ਲੈ ਉਹ ਨਹੀਂ ਕੰਮ ਕਰਨਾ, ਉਹ ਨਹੀਂ ਕੰਮ ਕਰਨਾ, ਆਹ ਕਿਉਂ ਕਰਦਾ, ਉਹ ਕਿਉਂ ਕਰਦਾ, ਵਿਆਹ ਕਰ ਦੇ, ਉਹਦਾ ਵਿਆਹ ਨਹੀਂ ਹੋਇਆ, ਇਹਦਾ ਵਿਆਹ ਨਹੀਂ ਹੋਇਆ, ਸਾਰੇ ਪਿੰਡ ਦੀ ਇਨਕੁਆਇਰੀ ਰੱਖ। ਨਾ ਤੂੰ ਮੇਰੀ ਗੱਲ ਸੁਣ, ਜਦੋਂ ਤੂੰ ਆਈ ਸੀ ਉਦੋਂ ਤੇਰਾ ਟੱਬਰ ਕਿਵੇਂ ਮੇਰੀ ਇਨਕੁਆਇਰੀ ਕਰਦਾ ਸੀ? ਤੇਰੇ ਬਾਰੇ ਨਾ ਕਿਸੇ ਨੇ ਭਾਨੀ ਮਾਰਤੀ ਸੀ, ਮੇਰੇ ਬਾਪ ਨੂੰ ਮਾਰਤੀ ਸੀ ਭਾਨੀ? ਮੇਰੇ ਬਾਪ ਨੇ ਇੰਨੀ ਇਨਕੁਆਇਰੀ ਕੀਤੀ ਸੀ ਨਾ, ਮੇਰੇ ਕੋਲ ਹੱਡ ਪੈਰ ਵਿੰਗੇ ਸੀ ਕੋਈ, ਹੈਂ, ਭਾਨੀ ਮਾਰਤੀ ਸੀ।
ਜਾਂ ਨਸ਼ਾ ਕਰਦਾ ਸੀ ਮੈਂ? ਨਸ਼ਾ ਨੁਸ਼ਾ ਨਹੀਂ ਸੀ ਕਰਦਾ, ਮੇਰੇ ਬਾਪ ਨੂੰ ਇਹ ਗੱਲ ਕਹਿਤੀ ਸੀ ਵੀ ਦੋ ਕੁੜੀਆਂ ਮੁੰਡੇ ਨੂੰ ਦੇਖ ਕੇ ਜਵਾਬ ਦੇ ਗਈਆਂ। ਮੁੰਡੇ ਨੂੰ ਦੇਖ ਕੇ ਜਵਾਬ ਦੇ ਗਿਆ, ਮੈਂ ਤਾਂ ਜਾ ਕੇ ਆਇਆ, ਪੱਗ ਬੰਨਦਾ ਸਾਰਾ ਕੁਝ ਠੀਕ ਹੈ, ਆਹ ਆਪਣੇ ਵਾਲੇ ਨੂੰ ਦੇਖ ਲਓ ਬੁੱਧੂ ਨੂੰ, ਸ਼ੀਸ਼ੇ ਮੂਹਰੇ ਜਾਊ ਬੋਧੀਆਂ ਤਾਂ ਲੱਗ ਜੂ ਹੱਥ ਮਾਰਨ, ਇਹ ਕੀ ਕੰਮ ਹੋਇਆ? ਕਦੇ ਪਤਾ ਨੀ ਉਹ ਕੀ ਗੂੰਦ ਜੀ ਉਹ ਲਾਈ ਜਾਊ ਵਾਲਾਂ ਤੇ। ਕੋਈ ਗੱਲ ਨੀ, ਫਿਰ ਲਾਈ ਜਾਣ ਦੇ, ਉਹਦੇ ਦਿਨ ਜਦੋਂ ਤੇਰੇ ਦਿਨ ਸੀ ਨਾ, ਤੇਰੇ ਤੇ ਜਵਾਨੀ ਸੀ, ਤੂੰ ਵੀ ਐਂ ਲੱਛਣ ਕਰਦਾ ਸੀ, ਦੱਸਿਆ ਸੀ ਤੇਰੀ ਮਾਂ ਨੇ ਮੈਨੂੰ। ਹਾਂ ਦੱਸਿਆ ਸੀ ਮੈਨੂੰ ਤੇਰੀ ਮਾਂ ਨੇ, ਉਹਦੇ ਤਾਂ ਚੌੜੀ ਹੋ ਕੇ ਮੈਂ ਕਿਹਾ ਤੁਰਦੀ ਸੀ। ਤੁਰਨਾ ਨਹੀਂ ਸੀ ਫਿਰ, ਜਦ ਤੇਰੇ ਲੜ ਲੱਗ ਕੇ ਆਈ ਸੀ, ਤੇਰੇ ਨਾਲ ਫੇਰੇ ਲੈ ਕੇ ਆਈ ਸੀ, ਤੇ ਤੇਰੇ ਨਾਲ ਹੀ ਤੁਰਨਾ ਸੀ। ਉਹ ਫਿਰ ਮੈਂ ਵੀ ਇਹੀ ਕਹਿਣਾ ਵੀ ਜਿਹੜੀ ਆਪਣੇ ਘਰ 'ਚ ਆਪਣੀ ਨੂੰਹ ਆਵੇ ਉਹ ਚੰਗੀ ਆਵੇ। ਮੇਰਾ ਦਿਮਾਗ ਨਾ ਛੱਟ, ਜਦੋਂ ਨੂੰਹ ਨੇ ਆਉਣਾ ਹੋਊਗਾ ਨਾ ਆ ਜਾਣਾ। ਚੰਗਾ, ਬਸ ਜਦੋਂ ਪੁੱਤ ਦੀ ਗੱਲ ਕਰੋ ਉਹਨੂੰ ਮੈਂ ਭਾਈ ਦੀ ਗੱਲ ਕਰਦਾ, ਇਹ ਗੱਲ ਨੂੰ ਪਊ। ਗਲਾਬੋ ਪੁੱਤ ਕੀ ਸੋਚੀ ਜਾਂਦੀ ਹੈ ਤੂੰ? ਮੈਂ ਤਾਂ ਇਹੀ ਸੋਚਦੀ ਸੀ ਬੇਬੇ, ਚਿੱਠੀ ਦਾ ਨਾਮ ਨਹੀਂ ਲਿਖਿਆ, ਕੋਈ ਪਿੰਡ ਨਹੀਂ ਲਿਖਿਆ, ਚਿੱਠੀ ਫਿਰ ਕੀ ਨੇ ਮੈਨੂੰ ਪਾਈ? ਕਿਹੜੀ ਮੇਰੀ ਸਹੇਲੀ ਨੇ ਮੈਨੂੰ ਚਿੱਠੀ ਭੇਜੀ ਆ? ਹੁਣ ਕੀ ਪਤਾ ਪੁੱਤ ਕੋਈ ਪੜ੍ਹਦੀ ਪੁੜ੍ਹਦੀ ਹੋਊ ਤੇਰੇ ਨਾਲ। ਜਿੰਨੀਆਂ ਵੀ ਕੁੜੀਆਂ ਬੇਬੇ ਮੇਰੇ ਨਾਲ ਪੜ੍ਹਦੀਆਂ ਨੇ ਨਾ, ਸਾਰੀਆਂ ਕੋਲ ਮੇਰਾ ਫੋਨ ਨੰਬਰ ਹੈਗਾ, ਫਿਰ ਚਿੱਠੀ ਪਾਉਣ ਦੀ ਐਡੀ ਕਿਹੜੀ ਨੌਬਤ ਆ ਗਈ ਸੀ? ਫਿਰ ਤਾਂ ਜੇ ਉਹਨੇ ਇੱਕ ਚਿੱਠੀ ਪਾਈ ਹੈ ਵੀ ਉਹ ਹੋਰ ਵੀ ਚਿੱਠੀਆਂ ਪਾਊਗੀ। ਹਾਂ ਹਾਂ ਪਾਊਗੀ ਹੋਰ ਵੀ ਚਿੱਠੀ, ਕੋਈ ਨਾ ਦੇਖਦੇ ਆਪਾਂ ਪਾ ਦੂ ਇੱਕ ਅੱਧੇ ਦਿਨ ਚ ਹੋਰ। ਸੱਚ ਮੈਨੂੰ ਇਹ ਦੱਸੋ, ਫੁੱਫੜ ਦਾ ਫੋਨ ਤਾਂ ਨਹੀਂ ਆਇਆ ਘਰੇ ਗਏ ਤੋਂ ਬਾਅਦ? ਨਹੀਂ ਪੁੱਤ ਆਇਆ ਨਹੀਂ ਹੈਗਾ। ਨਾਲੇ ਗੁਲਾਬੋ ਮੇਰੀ ਗੱਲ ਸੁਣ, ਤੂੰ ਨਾ ਇੰਨਾ ਨਾ ਬੋਲਿਆ ਕਰ ਪੁੱਤ, ਫਿਰ ਵੀ ਵੱਡਾ ਹੈ ਤੈਥੋਂ। ਫਿਰ ਕੀ ਹੋਇਆ ਬੇਬੇ ਜੀ, ਮੇਰੇ ਤੋਂ ਵੱਡਾ, ਵੱਡੇ ਤਾਂ ਮੇਰੇ ਤੋਂ ਤੁਸੀਂ ਵੀ ਹੋ ਸਾਰੇ, ਤੁਸੀਂ ਕਦੇ ਇਹੋ ਜਿਹਾ ਕੁਛ ਕੀਤਾ ਮੇਰੇ ਨਾਲ ਜੇ ਕਿਸੇ ਹੋਰ ਨਾਲ ਕੀਤਾ ਹੋਵੇ ਆਪਣੇ ਤੋਂ ਛੋਟੇ ਨਾਲ? ਚੱਲ ਕੋਈ ਫੁੱਫੜ ਨਾਲੋਂ ਉਮਰ ਦੇ ਵਿੱਚ ਤਾਂ ਤੁਸੀਂ ਵੱਡੇ ਹੋ, ਉਹ ਤਾਂ ਤੁਹਾਡੀ ਵੀ ਨਹੀਂ ਮਾੜੀ ਮੋਟੀ ਰੱਖਦਾ। ਪੁੱਤ ਕੋਈ ਨਾ, ਫਿਰ ਵੀ ਜਮਾਈ ਭਾਈ ਹੈਗਾ, ਆਪਾਂ ਨੂੰ ਇੱਜ਼ਤ ਕਰਨੀ ਬਣਦੀ ਹੈ ਉਹਦੀ। ਦੇਖਿਆ ਕਿਵੇਂ ਮਿੰਟਾਂ 'ਚ ਸੁਣਾ ਗਿਆ ਵੀ ਤੁਸੀਂ 4 ਲੱਖ ਰੁਪਈਆ ਲੈਣਾ, ਨਾਲੇ ਮੇਰੇ ਵੀ ਪੱਥਰ ਦੇ ਲੀਕ ਹੈ, 4 ਲੱਖ ਰੁਪਈਆ ਬੈਂਕ 'ਚੋਂ ਕਢਾ ਕੇ ਨਾ ਤੇ ਮੂੰਹ ਤੇ ਮਾਰੂੰਗੀ। ਕੋਈ ਨਾ ਗੁਲਾਬੋ ਕੋਈ ਨਾ, ਇੰਨੀ ਨਹੀਂ ਗਰਮ ਹੋਇਆ ਕਰਦੇ ਪੁੱਤ, ਹੌਲੀ ਹੌਲੀ ਸਾਰਾ ਕੁਝ ਠੀਕ ਹੋ ਜਾਂਦਾ। ਬਾਪੂ ਨੂੰ ਫੋਨ ਲਾ ਕੇ ਪੁੱਛੋ। ਫੋਨ ਤੇਰੇ ਬਾਪੂ ਕੋਲ ਕਿੱਥੇ ਆ? ਫੇਰ ਕਹਿੰਦੀ ਆ ਫੋਨ ਲਾ ਕੇ ਪੁੱਛੋ। ਫਿਰ ਆਪਾਂ ਬਾਪੂ ਨੂੰ ਕੋਈ ਚਿੱਠੀ ਪਾ ਦਿੰਦੇ ਆ। ਹਾਂ ਚਿੱਠੀ ਪਾ ਦੀ, ਕੋਈ ਨਾ। ਓਹੋ ਫਿਰ ਚਿੱਠੀ ਪਾਉਣ ਵਾਸਤੇ ਤਾਂ ਆਪਾਂ ਨੂੰ ਫੇਰ ਉਹਨੂੰ ਮੁੰਡੇ ਨੂੰ ਬੁਲਾਉਣਾ ਹੋਊਗਾ। ਨਹੀਂ ਸੱਚ ਆਪਣੇ ਪਿੰਡ ਵਾਲੇ ਜਿਹੜਾ ਡਾਕਖਾਨਾ ਨਾ ਉਹਦੇ 'ਚ ਭੇਜ ਦਾਂਗੇ ਕਿਸੇ ਨੂੰ। ਚੱਲ ਕਿਵੇਂ ਮਰਜ਼ੀ ਕਰੀ, ਤੂੰ ਚਿੱਠੀ ਪਾ ਦੀ ਤੇਰੇ ਬਾਪੂ ਨੂੰ, ਫਿਰ ਉਹ ਛੇਤੀ ਜਵਾਬ ਦੇ ਦੂਗਾ। ਤਾਂ ਹੀ ਕਹਿੰਦੀ ਹੁੰਦੀ ਆ ਵੀ ਬਾਪੂ ਨੂੰ ਕੋਈ ਫੋਨ ਦਵਾ ਦਿਓ, ਅੱਜ ਜੇ ਬਾਪੂ ਕੋਲ ਫੋਨ ਹੁੰਦਾ ਬਾਪੂ ਨੂੰ ਸਾਰੀ ਗੱਲ ਦੱਸ ਦਿੰਦੇ। ਉਹੀ ਗੱਲ ਆ ਜਾਂਦੀ ਹੈ ਗੁਲਾਬੋ, ਮੈਂ ਦੱਸ ਕੀ ਕਰਾਂ ਜਦੋਂ ਮੰਨਦੇ ਹੀ ਨਹੀਂ ਹੈਗਾ ਫੋਨ ਲੈਣ ਨੂੰ। ਚੱਲ ਚੰਗਾ, ਤੂੰ ਮੇਰੀ ਤੇ ਐਂ ਨਾ ਕਰ, ਹੈ ਬਾਹਲਾ ਨਹੀਂ ਸੋਚਿਆ ਕਰਦੇ, ਆ ਕੰਮ ਧੰਦਾ ਕਰ ਲੈ ਕੋਈ, ਮੈਂ ਮਾੜੇ ਜਿਹੇ ਡੰਗਰਾਂ 'ਤੇ ਨਹੀਂ ਜਾਇਆ। ਚਾਰ ਲੱਖ ਰੁਪਏ ਦੀ ਗੱਲ ਤਾਂ ਕਰ ਲਈ, ਪਰ ਇਹ ਨਹੀਂ ਸਮਝ 'ਚ ਆ ਰਿਹਾ ਵੀ 4 ਲੱਖ ਰੁਪਈਆ ਕਿੱਥੋਂ ਲੈ ਕੇ ਆਉਂਗੀ। ਮੈਂ ਗੱਲ ਕਰਨੀ ਹੈ ਤੇਰੇ ਨਾਲ ਇੱਕ। ਕਿਹੜੀ ਗੱਲ ਕਰ? ਜੇ ਮੈਂ ਤੈਨੂੰ ਕੋਈ ਚੀਜ਼ ਮੰਗਾਂ ਤੂੰ ਦੇਂਗੀ ਮੈਨੂੰ? ਪੁੱਤ ਤੂੰ ਜਾਨ ਮੰਗ ਲੈ, ਮੇਰੀ ਜਾਨ ਵੀ ਤੇਰੇ ਲਈ ਹਾਜ਼ਰ ਆ। ਕਿਉਂ ਓ ਯਾਰ ਬੇਬੇ, ਜਾਨ ਨਹੀਂ ਚਾਹੀਦੀ, ਕੁਛ ਹੋਰ ਚਾਹੀਦਾ। ਕੀ ਚਾਹੀਦਾ? ਮੈਨੂੰ ਪੱਕਾ ਪਤਾ ਤੂੰ ਮਨਾ ਕਰ ਦੇਂਗੀ। ਚੱਲ ਮੈਂ ਨਹੀਂ ਦਿੰਦੀ। ਚੱਲ ਚੰਗਾ, ਨਹੀਂ ਮੇਰੀ ਗੱਲ ਸੁਣ, ਮੈਨੂੰ ਨਾ ਬੇਬੇ 4 ਲੱਖ ਰੁਪਈਆ ਚਾਹੀਦਾ। 4 ਲੱਖ? ਆ ਬਜਾ ਕਿਸੇ ਹੋਰ ਨਾ ਕਰੀ, ਭਕਾਈ ਮਾਰਨ ਲੱਗ ਜਾਂਦਾ ਜਦੋਂ ਦੇਖਦਾ। ਓ ਯਾਰ ਬੇਬੇ ਸੱਚੀ ਕਹਿਣਾ, ਮਜ਼ਾਕ ਨਹੀਂ ਕਰਦਾ ਹੈਗਾ, 4 ਲੱਖ ਰੁਪਇਆ ਚਾਹੀਦਾ, ਕੋਈ ਬੰਦਾ ਬਹੁਤ ਮੁਸੀਬਤ 'ਚ ਹੈ, ਮੈਂ ਉਹਦੀ ਮਦਦ ਕਰਨੀ ਹੈ। ਹਾਏ 4 ਲੱਖ ਰੁਪਈਆ, ਬਈ ਤੂੰ ਕਿਹਨੂੰ ਦੇਣਾ? ਓ ਯਾਰ ਬੇਬੇ ਦੇਣਾ ਕਿਸੇ ਨੂੰ ਯਾਰ, ਤੈਨੂੰ ਆਪਦੇ ਪੁੱਤ ਦਾ ਯਕੀਨ ਨਹੀਂ? ਉਹ ਹੈਗਾ ਯਕੀਨ, ਪਰ ਤੂੰ ਠੇਕਾ ਲੈ ਰੱਖਿਆ ਸਾਰਿਆਂ ਦੀ ਮਦਦ ਕਰਨ ਦਾ, ਦੇਣਾ ਕਿਹਨੂੰ ਆ? ਉਹ ਥੋ ਪਤਾ ਤਾਂ ਹੋਵੇ ਇੰਨੀ ਰਕਮ ਤੂੰ ਕਿਹਨੂੰ ਦੇਊਂਗਾ, ਮੈਨੂੰ ਵੀ ਪਤਾ ਹੋਣਾ ਚਾਹੀਦਾ। ਓ ਯਾਰ ਬੇਬੇ ਦੱਸ ਨਹੀਂ ਸਕਦਾ, ਬਸ ਕੋਈ ਬਹੁਤ ਮੁਸੀਬਤ 'ਚ ਹੈ, ਜੇ ਮੈਂ ਨਾ ਉਹਦੇ ਕੰਮ ਆਇਆ ਤਾਂ ਬੇਬੇ ਕੋਈ ਨਹੀਂ ਕੰਮ ਆਉਣਾ ਉਹਦੇ। ਦੱਸ ਉਹੀ ਮੂੰਹ ਚੁੱਕ ਕੇ ਤੂੰ 4 ਲੱਖ ਰੁਪਏ ਦੀ ਐਡੀ ਵੱਡੀ ਰਕਮ ਉਹਨੂੰ ਦੇ ਦੂੰਗਾ? ਓ ਯਾਰ ਮੈਨੂੰ ਪਤਾ ਬੇਬੇ ਬਣ ਕੇ ਪੈਸੇ ਹੈਗੇ ਆ ਆਪਣੇ ਕੋਲ, ਦੇ ਦੇਣਾ ਯਾਰ 4 ਲੱਖ ਰੁਪਈਆ, ਐਂ ਕਿਉਂ ਕਰਦੀਆਂ? ਪਰ ਪੁੱਤ ਮੈਨੂੰ ਪਤਾ ਵੀ ਹੋਣਾ ਚਾਹੀਦਾ ਵੀ ਤੂੰ ਕਰਨਾ ਕੀ ਹੈ 4 ਲੱਖ ਰੁਪਈਆ। ਬੇਬੇ ਤੈਨੂੰ ਮੇਰੀ ਸੌਂ ਪੁੱਛੀ ਆ, ਪਰ ਸੱਚੀ ਕਹਿਣਾ ਜਿੱਦਣ ਤੈਨੂੰ, ਜੇ ਕਦੇ ਤੈਨੂੰ ਪਤਾ ਲੱਗਿਆ ਨਾ ਵੀ ਮੇਰੇ ਪੁੱਤ ਨੇ 4 ਲੱਖ ਰੁਪਈਆ ਕਿਹਨੂੰ ਦਿੱਤਾ,
ਤਾਂ ਸੱਚੀ ਕਹਿਣਾ ਤੈਨੂੰ ਮਾਣ ਮਹਿਸੂਸ ਹੋਊਗਾ ਵੀ ਮੈਂ ਜੱਸੇ ਵਰਗਾ ਪੁੱਤ ਜੰਮਿਆ। ਕਮਲਾ, ਮਾਵਾਂ ਵੀ ਪੁੱਤਾਂ ਦੀਆਂ ਸੌਵਾਂ ਖਾਂਦੀਆਂ ਹੁੰਦੀਆਂ। ਫਿਰ ਯਾਰ ਬੇਬੇ ਦੇ ਦੇ 4 ਲੱਖ ਰੁਪਇਆ। ਮੈਂ ਬੈਂਕ 'ਚ ਮੈਨੇਜਰ ਨਹੀਂ ਲੱਗੀ ਹੋਈ ਜਿਹੜਾ 4-5 ਲੱਖ ਰੁਪਇਆ ਘਰ ਰੱਖਿਆ ਹੋਊਗਾ। ਮੇਰੀ ਗੱਲ ਸੁਣ, ਪੈਸੇ ਤਾਂ ਹੈਗੇ ਆ, ਉਹ ਤੇਰੇ ਮਾਮੇ ਵਾਲੀ ਕਾਪੀ 'ਤੇ ਆ। ਤੇਰੇ ਮਾਮੇ ਦਾ ਅਤੇ ਮੇਰਾ ਸਾਂਝਾ ਖਾਤਾ ਹੈ, ਮੈਂ ਉਹਦੇ ਵਿੱਚ ਜੋੜ ਜੋੜ ਰੱਖੇ ਹੋਏ ਆ ਪੈਸੇ। ਕੋਈ ਨਹੀਂ, ਮੈਂ ਤੈਨੂੰ ਕਢਵਾ ਕੇ ਲਿਆ ਦੂੰਗੀ। ਠੀਕ ਹੈ ਅਤੇ ਬੇਬੇ ਬਾਪੂ ਨੂੰ ਆਹ ਗੱਲ ਦੱਸੀ ਯਾਰ, ਐਵੇਂ ਬੋਲੂਗਾ। ਆਹੋ ਹੁਣ ਬਾਪੂ ਬੋਲੂਗਾ, ਬਾਅਦ ਵਿੱਚ ਪਤਾ ਲੱਗੂਗਾ ਤੇ ਮੇਰੇ ਜੂੰਡੇ ਪੱਟੂਗਾ। ਉਹ ਯਾਰ ਮੈਂ ਹੈਗਾ ਨਾ ਤੇਰੇ ਨਾਲ, ਕੋਈ ਚੱਕਰ ਨਹੀਂ। ਮੇਰੀ ਗੱਲ ਸੁਣ, ਕੱਲ ਨੂੰ ਜਦੋਂ ਮੈਂ ਕੰਮ ਤੋਂ ਆ ਗਿਆ ਨਾ, ਜਾਂ ਮਤਲਬ ਜਦੋਂ ਵੀ ਤੈਨੂੰ ਟਾਈਮ ਲੱਗਿਆ ਹੈ ਨਾ, ਤੂੰ ਪੈਸੇ ਕਢਾ ਕੇ ਮੈਨੂੰ ਦੇ ਦੀ ਜਾਂਗਾ ਬੇਬੇ। ਆਈ ਤਾਂ ਤੂੰ ਮੇਰੀ ਮਾਂ ਬਹੁਤ ਸਿਆਣੀ ਆ। ਚੱਲ ਠੀਕ ਆ, ਹੁਣ ਰੋਟੀ ਬਣਾ ਦੇ, ਮੈਂ ਖਾਣਾ ਆ ਕੇ। ਮੈਨੂੰ ਐਂ ਤਾਂ ਪੂਰਾ ਮੇਲ ਹੈ, ਪੀਣੇ ਕੋ ਮਾੜਾ ਕੰਮ ਨਹੀਂ, ਪਰ ਐਡੀ ਵੱਡੀ ਰਕਮ ਕਿਹਨੇ ਕੀ ਕਰਨੀ ਆ। ਚੱਲ ਕੋਈ, ਮੈਨੂੰ ਸੁਭਾਹੇ ਗੁਰ 'ਤੇ ਭਰੋਸਾ, ਲਾਊਗਾ ਤਾਂ ਨੇਕ ਹੀ ਕੰਮ।